ਮੈਂ ਆਫ ਦੀ ਕੈਮਰਾ ਮੈਮ ਦੱਸ ਹੀ ਰਿਹਾ ਸੀ ਵੀ 98% ਲੋਕ ਪ੍ਰੋਬਲਮ ਤੇ ਕੰਸੈਂਟਰੇਟ ਕਰਦੇ ਆ, ਹਾਏ ਮੈਨੂੰ ਸੰਗ੍ਰਹਿਣੀ ਹੋ ਗਈ, ਮੇਰਾ ਕੀ ਬਣੂਗਾ, ਮੇਰਾ ਤਾਂ ਪੇਟ ਹੀ ਖਰਾਬ ਰਹਿੰਦਾ, ਮੈਂ ਤਾਂ ਫੰਕਸ਼ਨ ਹੀ ਨਹੀਂ ਇੰਜੋਏ ਕਰ ਸਕਦੇ। ਕਿ ਮਤਲਬ ਜਿਹੜਾ ਮੌਕਾ ਕੁਦਰਤ ਨੇ ਉਹਨਾਂ ਨੂੰ ਕੋਲੇ ਬਿਠਾ ਕੇ ਦਿੱਤਾ ਸੀ ਵੀ ਭਾਈ ਜਾ ਘੁੰਮ ਦੁਨੀਆ ਦੇਖ, ਉਹ ਸਿਰਫ ਆਪਦੀ ਪ੍ਰੋਬਲਮ ਨੂੰ ਮੁੱਖ ਰੱਖ ਕੇ ਨਹੀਂ ਜਾ ਰਹੇ। ਜਿਸ ਬੰਦੇ ਨੂੰ ਸੰਗ੍ਰਹਿਣੀ ਹੋਈ ਆ ਜਾਂ ਉਹਨੂੰ ਇਹ ਸਿੰਡਰੋਮ ਵੀ ਮਹਿਸੂਸ ਹੁੰਦਾ, ਉਹਨੂੰ ਅਸਲ 'ਚ ਸਰੀਰ 'ਚ ਕੀ ਮਹਿਸੂਸ ਹੋ ਰਿਹਾ ਹੁੰਦਾ? ਜਾਂ ਸਿੰਪਟਮ ਇਹਦਾ ਹੋ ਸਕਦਾ ਕੁਛ ਵੀ ਖਾਦਾ ਨਾਲ ਦੀ ਨਾਲ ਟਾਇਲਟ 'ਚ ਰਸ਼ ਕਰਨਾ, ਪੰਜਾਬੀ 'ਚ ਇੱਕੋਦਮ ਸਟੂਲ ਪਾਸ ਹੋ ਜਾਣਾ। ਗੁੜ ਤੇ ਸੌਂਫ ਜੇ ਹਰ ਬੰਦਾ ਅਫੋਰਡ ਕਰ ਸਕਦਾ, ਹਰ ਇੱਕ ਦੇ ਘਰੇ ਆ, ਤੇ ਜ਼ਿਆਦਾ ਵਧੀਆ ਆਪਸ਼ਨ। ਸੌਂਫ ਦਾ ਪਾਣੀ ਉਬਾਲ ਕੇ ਪੀ ਲਓ, ਤੁਹਾਡੀ ਡਾਈਜੈਸ਼ਨ ਬਹੁਤ ਵਧੀਆ ਹੋਊਗੀ। ਸਾਈਕੋਲੋਜੀਕਲੀ ਕਿਵੇਂ ਠੀਕ ਕਰਦੇ ਆ ਆਪਾਂ, ਕੀ ਕੋਈ ਕਾਉਂਸਲਿੰਗਸ ਹੁੰਦੀਆਂ ਨੇ, ਕਿਵੇਂ ਕੀ ਪਾਰਟ ਹੁੰਦਾ? ਜਦੋਂ ਆਪਾਂ ਜ਼ਿੰਦਗੀ ਨੂੰ ਖੁੱਲ ਮਿਜ਼ਾਜ ਤਰੀਕੇ ਨਾਲ ਜਿਉਣੇ ਆ ਤਾਂ ਪੇਟ ਨੂੰ ਪਤਾ ਲੱਗਦਾ ਵੀ ਭਾਈ ਦਿਮਾਗ ਸੋਲਿਡ ਆ ਤੇ ਮੈਂ ਵਧੀਆ ਰੈਲਾ ਚੱਲਣਾ। ਤੋ ਮੈਂ ਇਹ ਦੱਸਣਾ ਚਾਹੂੰਗਾ, ਜਿੰਨਾ ਦੁਨੀਆ 'ਚ ਮੋਟਾਪਾ, ਜਿੰਨਾ ਸ਼ੂਗਰ ਆ, ਜਿੰਨਾ ਕਿਤੇ ਨਾ ਕਿਤੇ ਹਾਈਪਰਟੈਂਸ਼ਨ ਆ, ਤਿੰਨਾਂ ਨੂੰ ਜੋੜ ਕੇ ਜੇ ਉਹਦਾ ਟੋਟਲ ਸਮ ਕੱਢਿਆ ਜਾਵੇ, ਉਦੋਂ ਜ਼ਿਆਦਾ IBS ਦੇ ਪੇਸ਼ੈਂਟ ਆ। ਹੁਣ ਤੁਸੀਂ ਡਰਾ ਰਹੇ ਹੋ। ਸਤਿਕਾਰ, ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅਨਕਟ ਵੇਖ ਰਹੇ ਹੋ ਤੁਸੀਂ, ਤੇ ਅੱਜ ਵੀ ਸਿਹਤ ਨਾਲ ਜੁੜਿਆ ਹੋਇਆ ਐਪੀਸੋਡ ਆ, ਤੇ ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਡਾਇਟੀਸ਼ੀਅਨ ਮਨਪ੍ਰਵੇਸ਼ ਸਿੰਘ ਚਹਿਲ ਹੋਣਗੇ। ਪਿਛਲੀ ਮੁਲਾਕਾਤ ਤੁਸੀਂ ਇਹਨਾਂ ਨਾਲ ਦੇਖੀ ਸੀ ਜਿਹੜੀ ਕਿ ਆਪਾਂ ਮੋਟਾਪੇ ਤੇ ਕੀਤੀ ਸੀ, ਤੇ ਉਹਦੇ 'ਚ ਬਹੁਤ ਸਾਰੇ ਲੋਕ ਆ ਕੇ ਇਹਨਾਂ ਦਾ ਕੰਟੈਕਟ ਨੰਬਰ ਸਾਡੇ ਤੋਂ ਮੰਗਦੇ ਨੇ, ਤੇ ਕੰਟੈਕਟ ਨੰਬਰ ਆ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਉੱਥੇ ਇਹਨਾਂ ਦਾ ਮੈਂਸ਼ਨ ਕੀਤਾ ਹੁੰਦਾ ਹੈ, ਤੁਸੀਂ ਉਸ ਨੰਬਰ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੇ ਅੱਜ ਦੀ ਜਿਹੜੀ ਇਹ ਮੁਲਾਕਾਤ ਹੈ ਇਹ ਅਸੀਂ ਕਰ ਰਹੇ ਹਾਂ ਸੰਗ੍ਰਹਿਣੀ ਦੇ ਉੱਪਰ। ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ, ਪਰ ਇਸ ਚੀਜ਼ ਬਾਰੇ ਸੁਣਿਆ ਬਹੁਤ ਘੱਟ ਲੋਕਾਂ ਨੇ ਹੋਣਾ, ਕਿਉਂਕਿ ਮੈਂ ਵੀ 2-3 ਸਾਲ ਪਹਿਲਾਂ ਮੈਨੂੰ ਕਿਸੇ ਤੋਂ ਪਤਾ ਚੱਲਿਆ ਸੀ ਕਿ ਇੱਦਾਂ ਦੀ ਇੱਕ ਪ੍ਰੋਬਲਮ ਹੈ ਜਿਹੜੀ ਕਿ ਸਾਡੀ ਜਿਹੜੀ ਵੱਡੀ ਅੰਤੜੀ ਹੁੰਦੀ ਆ ਉਹਦੇ 'ਚ ਜਾਂ ਜਦੋਂ ਸਵੈਲਿੰਗ ਹੁੰਦੀ ਆ ਜਾਂ ਜ਼ਖਮ ਹੋ ਜਾਂਦੇ ਨੇ ਤਾਂ ਉਹਦੇ ਨਾਲ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ, ਸਾਡਾ ਕੋਈ ਵੀ ਫੂਡ ਆ ਜਿਹੜਾ ਉਹਨੂੰ ਪਚਾਉਣ ਦਾ ਜਿਹੜਾ ਸਾਡਾ ਮਾਦਾ ਹੈ ਮਤਲਬ ਉਹ ਖਤਮ ਹੋ ਜਾਂਦਾ ਇੱਕ ਤਰ੍ਹਾਂ ਨਾਲ, ਹੈ ਨਾ? ਤੇ ਉਹਦੇ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ। ਕਈ ਲੋਕਾਂ ਦਾ ਭਾਰ ਲਗਾਤਾਰ ਘਟਦਾ ਹੈ ਜਾਂ ਸਟੂਲ ਦੇ ਵਿੱਚ ਤੁਹਾਨੂੰ ਖੂਨ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਨੇ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਕਈ ਵਾਰੀ ਕਹਿੰਦੇ ਕਿ ਖਾਣਾ ਖਾਣ ਤੋਂ ਬਹੁਤ ਛੇਤੀ ਬਾਅਦ ਤੁਸੀਂ ਫਰੈਸ਼ ਹੋਣਾ ਚਾਹੁੰਦੇ ਹੋ ਜਾਂ ਤੁਹਾਡਾ ਜਿਹੜਾ ਪੇਟ ਆ ਉਹ ਸਾਫ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ। ਛੋਟੀਆਂ ਛੋਟੀਆਂ ਬੜੀਆਂ ਪੇਚੀਦਾ ਜਿਹੀਆਂ ਸਮੱਸਿਆਵਾਂ ਨੇ ਜਿਹੜੀਆਂ ਪੇਟ ਨਾਲ ਜੁੜੀਆਂ ਹੋਈਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਅੱਜ ਆਪਾਂ ਇਹਨਾਂ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਕਿ ਇਹ ਪ੍ਰੋਬਲਮ ਸਭ ਤੋਂ ਪਹਿਲਾਂ ਤਾਂ ਹੁੰਦੀ ਕਿਉਂ ਆ, ਜੇ ਹੋ ਜਾਂਦੀ ਹੈ ਤਾਂ ਕੀ। ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਸਾਈਕੋਲੋਜੀ ਨਾਲ ਜੁੜਿਆ ਹੋਇਆ ਵੀ ਵਿਸ਼ਾ ਹੈ ਕਿ ਵਾਕਈ ਤੁਹਾਡੇ ਦਿਮਾਗ ਨਾਲ ਉਹਦੀ ਕਾਉਂਸਲਿੰਗ ਦੇ ਥਰੂ ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ ਜਾਂ ਫਿਰ ਡਾਇਟ ਨਾਲ ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ। ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ ਪ੍ਰਵੇਸ਼? ਬਿਲਕੁਲ ਮੈਮ, ਠੀਕ ਠਾਕ। ਮੈਂ ਥੋੜਾ ਜਿਹਾ ਸਹੀ ਦੱਸ ਪਾਈ ਕਿ ਆਪਾਂ ਜਿਸ ਚੀਜ਼ ਤੇ ਅੱਜ ਗੱਲਬਾਤ ਕਰ ਰਹੇ ਹਾਂ? ਹਾਂਜੀ ਮੈਮ, ਕੁਛ ਮੁੱਢ ਬੰਨਿਆ ਤੇ ਬਾਕੀ ਡਿਟੇਲ ਆਪਾਂ ਇਸ ਪੋਡਕਾਸਟ ਡਿਸਕਸ ਕਰਾਂਗੇ। ਬਿਲਕੁਲ, ਜਿਵੇਂ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਦੱਸਿਆ ਸੀਗਾ ਕਿ ਮੈਨੂੰ ਪਹਿਲਾਂ ਇਹ ਪੁੱਛਿਓ ਕਿ ਸੰਗ੍ਰਹਿਣੀ ਇੱਕ ਸਿੰਡਰੋਮ ਹੈ ਜਾਂ ਫਿਰ ਇੱਕ ਬਿਮਾਰੀ ਆ, ਇਹਨਾਂ ਦੋਨਾਂ ਚੀਜ਼ਾਂ 'ਚ ਕੀ ਫਰਕ ਹੈ? ਮੈਮ, ਸਿੰਡਰੋਮ ਤੇ ਬਿਮਾਰੀ ਦੋਨੋਂ ਅਲੱਗ ਅਲੱਗ ਚੀਜ਼ਾਂ। ਬਿਮਾਰੀ ਇੱਕ ਰੋਗ ਆ, ਇੱਕ ਡਾਇਗਨੋਸਟਿਕ ਪਾਰਟ ਬਣ ਗਿਆ ਠੇਠ ਪੰਜਾਬੀ ਲੈਂਗੁਏਜ 'ਚ। ਡਾਕਟਰ ਨੇ ਤੁਹਾਨੂੰ ਦੱਸਤਾ ਵੀ ਤੁਹਾਨੂੰ ਆਹ ਰੋਗ ਲੱਗਿਆ ਹੋਇਆ। ਸਿੰਡਰੋਮ ਆ, ਤੁਹਾਨੂੰ ਸਿਮਟਮਸ ਆ ਰਹੇ ਨੇ ਪਰ ਉਹ ਇੱਕ ਤਰ੍ਹਾਂ ਦਾ ਰੋਗ ਨਹੀਂ ਆ। ਇਹ ਕਨਫਿਊਜ਼ਨ ਹੋਊਗੀ ਅੱਗੇ ਜਾ ਕੇ ਵਿਸ਼ੇ ਤੇ, ਮੈਨੂੰ ਇਸ ਦੇ ਨੀਚੇ ਤੁਹਾਡੇ ਕਮੈਂਟ ਸੈਕਸ਼ਨ 'ਚ ਕਮੈਂਟਸ ਆ ਵੀ ਸਕਦੇ ਨੇ। ਬੇਸਿਕਲੀ ਇਹ ਐਗਜ਼ਿਸਟ ਨਹੀਂ ਕਰਦੀ ਪਰ ਪੇਸ਼ੈਂਟ ਲਈ ਐਗਜ਼ਿਸਟ ਕਰਦੀ ਆ। ਤਾਂ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਆ ਇਹ। ਹਾਈਪੋਥੈਟੀਕਲ ਸਿਚੁਏਸ਼ਨ ਇੱਕ ਅੰਗਰੇਜ਼ੀ ਦਾ ਸ਼ਬਦ ਆ ਪੰਜਾਬੀ ਦੇ ਵਿੱਚ, ਇਹ ਕਿਤੇ ਹੈ ਨਹੀਂ ਪਰ ਪੇਸ਼ੈਂਟ ਮੰਨ ਰਿਹਾ ਵੀ ਹੈ। ਅੱਛਾ, ਇਹ ਕਿਵੇਂ? ਮੈਨੂੰ ਥੋੜਾ ਜਿਹਾ ਮਤਲਬ ਇਹਦੇ ਬਾਰੇ ਖੋਲ ਕੇ ਦੱਸੋਗੇ? ਮੈਮ, ਜਿਵੇਂ ਕਿਸੇ ਨੂੰ ਸ਼ੂਗਰ ਹੋ ਗਈ ਤੇ BP ਹੋ ਗਿਆ, ਠੀਕ ਹੈ, ਆਪਾਂ ਨੂੰ ਡਾਇਟ ਨਾਲ ਕੰਟਰੋਲ ਕਰ ਲਿਆ ਜਾਂ ਪੇਸ਼ੈਂਟ ਮੈਡੀਸਨ ਵਾਲੇ ਪਾਸੇ ਚਲਾ ਗਿਆ, ਤਾਂ ਉਹ ਕਿਤੇ ਨਾ ਕਿਤੇ ਉਹਨੂੰ ਆਪਾਂ ਕੰਟਰੋਲ ਕਰ ਲਿਆ ਤੇ ਉਹ ਲੰਬੇ ਟਾਈਮ 'ਚ ਉਸ ਚੀਜ਼ 'ਚੋਂ ਜੇ ਗੁਜ਼ਰ ਵੀ ਰਿਹਾ ਉਹਨੂੰ ਚੀਜ਼ ਬਹੁਤ ਜ਼ਿਆਦਾ ਦਿੱਕਤ ਨਹੀਂ ਦੇ ਰਹੀ ਜੇ ਉਹਦਾ ਜੀਵਨ ਸ਼ੈਲੀ ਬਿਲਕੁਲ ਸਹੀ ਆ। IBS 'ਚ ਹੁੰਦਾ ਕੀ ਆ, ਇਹ ਤੁਹਾਨੂੰ 1 ਮਹੀਨੇ 'ਚ ਤਕਰੀਬਨ 20-25 ਵਾਰ ਤੰਗ ਕਰੂਗੀ। ਅੱਛਾ, ਇਹ ਬਹੁਤ ਵੱਡਾ ਪੈਟਰਨ ਆ। ਮਹੀਨੇ 'ਚ ਕੁੱਲ 30 ਦਿਨ ਹੁੰਦੇ ਆ ਤੇ 20-25 ਦਿਨ ਤੁਸੀਂ ਇਹਦੇ ਨਾਲ ਡਿਸਟਰਬ ਰਹੋਗੇ, ਪਰ ਜਦੋਂ ਡਾਕਟਰਸ ਕੋਲੇ ਜਾਓਗੇ ਉਹਦੇ ਕੋਲੇ ਉਹਨਾਂ ਕੋਲ ਇਹਨਾਂ ਦਾ ਜ਼ਿਆਦਾ ਹੱਲ ਨਹੀਂ ਹੋਊਗਾ। ਅੱਛਾ, ਉਹ ਹੱਲ ਹੋਊਗਾ ਵੀ ਕਿਉਂਕਿ ਜੇ ਆਪਾਂ ਸਪੈਸੀਫਿਕ ਬ੍ਰਾਂਚ ਨੂੰ ਗੈਸਟ੍ਰੋਨਟੋਲੋਜੀ 'ਚ ਜਾਂਦੇ ਆ ਉਹ ਮੈਡੀਸਨ ਵਾਲਾ ਰੋਲ ਅਦਾ ਕਰ ਦੇਣਗੇ, ਬਟ ਪੇਸ਼ੈਂਟ ਦਾ ਜਿਹੜਾ ਸੈਟੀਸਫੈਕਸ਼ਨ ਲੈਵਲ ਆ ਉਹ ਇੱਥੋਂ ਜਮਾ ਇੱਥੇ ਆ ਜਾਂਦਾ।
ਉਹਦਾ ਕਾਰਨ ਆ ਕਿਉਂਕਿ ਇਹ ਰੀਕਰੰਟ ਰੀਕਰੰਟ ਟੱਕਰ ਕਰਦੀ ਆ ਤੇ ਪਰ ਉਹਦਾ ਹੱਲ ਨਹੀਂ ਲੱਭ ਪਾਉਂਦੇ ਉਹ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਅਸਲ ਚ ਹੁੰਦਾ ਕੀ ਹੈ, ਹੈਨਾ? ਜਿਵੇਂ ਮੈਂ ਤਾਂ ਜਿੰਨਾ ਕੁ ਵੀ ਪੜ੍ਹਿਆ ਕਿ ਤੁਹਾਡਾ ਭਾਰ ਘਟਦਾ, ਤੁਹਾਡਾ ਪੇਟ ਬਾਰ ਬਾਰ ਖਰਾਬ ਰਹਿੰਦਾ, ਤੁਹਾਨੂੰ ਖੂਨ ਦੀ ਕਮੀ ਵੀ ਹੋ ਸਕਦੀ ਆ, ਜਾਂ ਜਦੋਂ ਤੁਸੀਂ ਫੂਡ ਖਾਂਦੇ ਹੋ ਕੁਛ ਵੀ ਤੁਹਾਨੂੰ ਕਈਆਂ ਨੂੰ ਉਲਟੀ ਵਾਂਗੂ ਮਹਿਸੂਸ ਹੋਣ ਲੱਗ ਜਾਂਦਾ। ਤੇ ਇਹਦੇ ਜੇ ਆਪਾਂ ਕਹੀਏ ਕਿ ਜਿਸ ਬੰਦੇ ਨੂੰ ਸੰਗ੍ਰਹਿਣੀ ਹੋਈ ਆ ਜਾਂ ਉਹਨੂੰ ਇਹ ਸਿੰਡਰੋਮ ਵੀ ਮਹਿਸੂਸ ਹੁੰਦਾ, ਉਹਨੂੰ ਅਸਲ ਚ ਸਰੀਰ ਚ ਕੀ ਮਹਿਸੂਸ ਹੋ ਰਿਹਾ ਹੁੰਦਾ? ਸਭ ਤੋਂ ਪਹਿਲਾਂ ਤਾਂ ਮੈਮ ਉਹ ਬਹੁਤ ਜ਼ਿਆਦਾ ਕੌਨਸ਼ੀਅਸ ਹੋਊਗਾ। ਪੰਜਾਬੀ ਦੇ ਵਿੱਚ ਉਹ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਵਰਡ ਤੇ ਬੋਝ ਰੱਖਦਾ ਹੋਊਗਾ। ਸਭ ਤੋਂ ਪਹਿਲਾਂ ਸਿਮਟਮ ਇਹ ਹੋਊਗਾ ਤਾਂ ਪਰਿਵਾਰ ਚ ਸਭ ਤੋਂ ਪਹਿਲਾਂ ਇਹ ਜਾਣੋ ਵੀ ਉਹ ਰਿਐਲਿਟੀ ਚ ਬੋਝ ਰੱਖਦਾ ਛੋਟੀ ਛੋਟੀ ਗੱਲ ਦਾ। ਇੱਕ ਹੁੰਦਾ ਖੁਸ਼ ਮਿਜਾਜ ਇਨਸਾਨ, ਇੱਕ ਹੁੰਦਾ ਛੋਟੀ ਛੋਟੀ ਗੱਲ ਦਾ ਫਿਕਰ ਕਰਨ ਵਾਲਾ ਇਨਸਾਨ। ਜਿਵੇਂ ਸ਼ਰਾਬੀ ਨਹੀਂ ਮੰਨਦਾ ਵੀ ਉਹ ਸ਼ਰਾਬ ਪੀਂਦਾ, ਪਰ ਆਸੇ ਪਾਸੇ ਸਾਰਿਆਂ ਨੂੰ ਪਤਾ ਹੁੰਦਾ। ਬਿਲਕੁਲ ਉਵੇਂ ਬੋਝ ਮੰਨਣ ਵਾਲੇ ਨੂੰ ਆਪ ਨੂੰ ਨਹੀਂ ਪਤਾ ਹੁੰਦਾ, ਆਸੇ ਪਾਸੇ ਸਾਰੇ ਨੋਟ ਕਰ ਰਹੇ ਹੁੰਦੇ ਆ। ਤਾਂ ਸਾਰਿਆਂ ਨਾਲੋਂ ਪਹਿਲਾ ਸਿਮਟਮ ਆ ਬੋਝ ਰੱਖਣਾ। ਅੱਛਾ, ਦੂਜਾ ਇਹਦਾ ਜਿਹੜਾ ਸਿਮਟਮ ਆਉਂਦਾ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੋਊਗਾ। ਹਾਲਾਂਕਿ ਉਹ ਆਂਤ ਚੋਂ ਜਾ ਕੇ ਸਾਫ ਹੋਣਾ, ਬਟ ਪੇਸ਼ੈਂਟ ਕੰਪਲੇਂਟ ਇਹ ਕਰੂਗਾ ਮੇਰਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੋਇਆ, ਜਿਹਦੇ ਅੰਗਰੇਜ਼ੀ ਸ਼ਬਦ ਨੇ ਇਨਕੰਪਲੀਟ ਇਵੈਕੂਏਸ਼ਨ, ਠੇਠ ਪੰਜਾਬੀ ਲੈਂਗੁਏਜ ਪੇਟ ਚੰਗੀ ਤਰ੍ਹਾਂ ਸਾਫ ਨਾ ਹੋਣਾ। ਤੀਜਾ ਸਿਮਟਮ ਇਹਦਾ ਹੋ ਸਕਦਾ ਕੁਛ ਵੀ ਖਾਧਾ ਨਾਲ ਦੀ ਨਾਲ ਟਾਇਲਟ ਚ ਰਸ਼ ਕਰਨਾ, ਪੰਜਾਬੀ ਚ ਇੱਕੋ ਦਮ ਸਟੂਲ ਪਾਸ ਹੋ ਜਾਣਾ, ਕੁਛ ਫੇਰ ਖਾਧਾ ਫੇਰ ਦਿਨ ਚ 5 ਤੋਂ 7, ਮੈਂ ਤਾਂ 15-15 ਵਾਰ ਵਾਲੇ ਵੀ ਪੇਸ਼ੈਂਟ ਦੇਖੇ ਹੋਏ ਆ। ਤਾਂ 15 ਵਾਰ ਟਾਇਲਟ ਜਾਣ ਤੋਂ ਬਾਅਦ ਉਹਨਾਂ ਦਾ ਪੇਟ ਤਾਂ 1 ਜਾਂ 2 ਵਾਰੀ ਚ ਹੀ ਸਾਫ ਹੋਣਾ ਸੀ, ਪਰ ਉਹ ਜਾਂਦੇ 15 ਵਾਰ ਆ। ਤਾਂ ਉਹ ਜਿਹੜਾ ਉਹ ਇਨਸੈਟਿਸਫੈਕਸ਼ਨ ਜਾਂ ਕਹਿ ਦਿੰਦੇ ਆਪਾਂ ਬੇਸਿਕਲੀ ਅਨਸੈਟਿਸਫੈਕਸ਼ਨ ਵਰਡ ਆ ਵੀ ਉਹ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ, ਉਹਨਾਂ ਨੂੰ ਟਾਇਲਟ ਆਉਣਾ ਨਹੀਂ ਬਟ ਅੰਦਰੋਂ ਉਹਨਾਂ ਨੂੰ ਅਨਸੰਤੁਸ਼ਟੀ ਲੱਗੀ ਰਹੂਗੀ ਪੰਜਾਬੀ ਦੇ ਵਿੱਚ ਵੀ ਉਹਨਾਂ ਦਾ ਪੇਟ ਚੰਗੀ ਤਰ੍ਹਾਂ ਸਾਫ ਨਹੀਂ ਹੋ ਰਿਹਾ। ਅੱਛਾ, ਤੇ ਉਹ ਤੰਗ ਹੋਣਗੇ ਬੇਸਿਕਲੀ। ਇਰੀਟੇਬਲ ਬਾਊਲ ਸਿੰਡਰੋਮ, ਇਰੀਟੇਬਲ ਚਿੜਚਿੜਾਪਨ ਹੋਣਾ, ਬਾਊਲ ਸਟੂਲ ਨੂੰ ਲੈ ਕੇ, ਤੇ ਸਿੰਡਰੋਮ ਯਾਨੀ ਕਿ ਸਿਮਟਮਸ ਆ ਰਹੇ ਨੇ, ਯਾਨੀ ਕਿ ਆਪਦੇ ਪੇਟ ਨੂੰ ਲੈ ਕੇ ਬਹੁਤ ਜ਼ਿਆਦਾ ਵਰਿਡ ਹੋਣਾ, ਤਾਂ ਇਹ ਓਵਰਆਲ IBS ਆ। ਤੇ ਇਹਦੀ ਕੋਈ ਪਰਟੀਕੂਲਰ ਉਮਰ ਆ? ਜਿਵੇਂ ਮੈਂ ਜਦੋਂ ਪੜ੍ਹਿਆ ਉਹਦੇ ਚ ਸੀਗਾ ਕਿ 15 ਤੋਂ 30 ਸਾਲ ਦੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ, ਹਨਾ? ਤੇ ਇਹ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਲਿਖਿਆ ਕਿ 60 ਸਾਲ ਦੀ ਉਮਰ ਤੱਕ ਵੀ ਹੋ ਸਕਦਾ, ਪਰ ਇਸ ਏਜ ਜ਼ਿਆਦਾ ਹੁੰਦਾ, ਕੀ ਇਹ ਸਹੀ ਹੈ ਕਿ 15 ਤੋਂ 30 ਸਾਲ ਦੇ ਲੋਕਾਂ ਨੂੰ? ਹਾਂਜੀ ਮੈਮ ਬਿਲਕੁਲ, ਕਿਉਂਕਿ 15 ਤੋਂ 30 ਸਾਲ ਉਹ ਉਮਰ ਹੁੰਦੀ ਆ ਜਦੋਂ ਹੋਣਾ ਤਾਂ ਚਾਹੀਦਾ ਬੇਫਿਕਰਾ ਤੇ ਜ਼ਿੰਦਗੀ ਨੂੰ ਇੰਜੋਏ ਕਰਨਾ ਚਾਹੀਦਾ, ਤੇ ਜਿੰਨੇ ਕੁ ਜੋਗੇ ਤੁਸੀਂ ਕਾਬਿਲ ਹੈਗੇ ਹੋ ਉਵੇਂ ਉਹਨੂੰ ਇੰਜੋਏ ਕਰਨਾ ਚਾਹੀਦਾ। ਪਰ ਇਸ ਉਮਰ ਚ ਜੋ ਅੱਜ ਦਾ ਰੂਟੀਨ ਬਣ ਗਿਆ, ਕੰਪੀਟੀਸ਼ਨ ਵੱਧ ਗਿਆ, ਪੇਰੈਂਟਸ ਬੋਝ ਪਾਉਣਾ ਸ਼ੁਰੂ ਕਰ ਦਿੰਦੇ ਆ, ਬੱਚਾ ਕਰਨਾ ਕੁਛ ਚਾਹੁੰਦਾ, ਕੁਛ ਉਹ ਤੋਂ ਕਰਵਾਇਆ ਜਾ ਰਿਹਾ, ਉਹ ਆਪਦੀ ਜੋਬ ਤੋਂ ਸੈਟੀਸਫਾਈਡ ਨਹੀਂ ਆ, ਕਾਰਪੋਰੇਟ ਵਰਲਡ ਆ ਜਾਂ ਬੈਂਕਿੰਗ ਜੋਬ ਚ ਆ ਜਾਂ ਕਿਸੇ ਵੀ ਇੱਕ ਮਹਿਕਮੇ ਚ ਆ ਜਿੱਥੇ ਉਹ ਚੀਜ਼ ਨੂੰ ਇੰਜੋਏ ਨਹੀਂ ਕਰ ਪਾ ਰਿਹਾ ਬਟ ਉਹ ਬੋਝ ਮੰਨ ਰਿਹਾ, ਤਾਂ ਬੰਦਾ ਉਹ IBS ਬਣ ਜਾਂਦਾ। ਮੈਂ ਬਹੁਤ ਤਕੜੇ ਬਿਜ਼ਨਸਮੈਨਾਂ ਨੂੰ, ਬਹੁਤ ਸਾਰੇ ਖੁਦ ਡਾਕਟਰਸ ਨੂੰ ਤੇ ਬਹੁਤ ਸਾਰੇ ਇੰਡਸਟਰੀਅਲਿਸਟਾਂ ਨੂੰ, ਬਹੁਤ ਸਾਰੇ ਬੈਂਕਿੰਗ ਜੋਬ ਕਰਨ ਵਾਲਿਆਂ ਨੂੰ, ਕਾਰਪੋਰੇਟ ਵਾਲਿਆਂ ਨੂੰ ਇਸ ਪ੍ਰੋਬਲਮ ਚੋਂ ਗੁਜ਼ਰਦੇ ਹੋਏ ਦੇਖਿਆ। ਤੇ ਜੇ ਮੰਨ ਲਓ ਮੇਰੇ ਕੋਲੇ 100 ਦੀ OPD ਆ, ਪੰਜਾਬੀ ਚ 100 ਮਰੀਜ਼ ਮੈਨੂੰ ਦਿਖਾਉਣ ਆਉਂਦਾ ਗੈਸਟਰੋ ਦਾ ਯਾਨੀ ਕਿ ਪੇਟ ਦਾ, ਤਾਂ ਘੱਟੋ ਘੱਟ 25 ਤੋਂ 30 ਪੇਸ਼ੈਂਟ ਰੂਟੀਨ ਦੇ ਵਿੱਚ IBS ਨਾਲ ਰਿਲੇਟਡ ਆਉਂਦੇ ਆ। ਤੇ ਤੁਸੀਂ ਮੰਨੋਗੇ ਮੈਮ ਵੀ ਇਹਦੀ ਜਿਹੜੀ ਰੇਸ਼ੋ ਆ ਉਹ 15 ਤੋਂ 30 ਸਾਲ ਤਾਂ ਹੈਗੀ ਆ, 40% ਤੱਕ ਵੀ ਆਪਾਂ ਕਹਿ ਸਕਦੇ ਹਾਂ, ਪਰ 40 ਸਾਲ ਤੋਂ ਉੱਪਰ ਜਾਂ 30 ਤੋਂ 40 ਸਾਲ ਦਾ ਜਿਹੜਾ ਵੱਖਵਾ ਉਹ ਚ ਵੀ ਇਹ 20% ਲੋਕਾਂ ਨੂੰ ਹੈਗੀ ਆ। ਤਾਂ ਇਹ ਲਗਭਗ ਤੁਸੀਂ ਇਹ ਮੰਨ ਸਕਦੇ ਹੋ ਵੀ 10 ਤੋਂ 15 ਸਾਲ ਤੱਕ ਵੀ ਚੱਲ ਸਕਦੀ ਆ। ਖੇਡ ਬਹੁਤ ਛੋਟੀ ਆ, ਜੋ ਤਾਂ ਸਮਝ ਗਏ ਉਹ ਤਾਂ ਇਹਨੂੰ ਬਹੁਤ ਜਲਦੀ ਟ੍ਰੀਟ ਕਰ ਲੈਂਦੇ ਆ, ਪਰ ਜਿਹੜੇ ਇਹਨੂੰ ਸਮਝ ਨਹੀਂ ਪਾਉਂਦੇ ਫਿਰ ਉਹ 10-15 ਸਾਲ ਵੀ ਇਹ ਤੋਂ ਗੁਜ਼ਰਦੇ ਰਹਿੰਦੇ ਆ। ਅਸਲ ਚ ਇਹ ਕਿਸ ਚੀਜ਼ ਨਾਲ ਜੁੜੀ ਹੋਈ ਚੀਜ਼ ਆ? ਜਿਵੇਂ ਮੰਨ ਲਓ ਕਿ ਆਪਾਂ ਕਹਿ ਦਈਏ ਕਿ ਪੇਟ ਦੀ ਖਰਾਬੀ ਨਾਲ, ਜਾਂ ਸਾਡੇ ਦਿਮਾਗ ਦੀ ਇੱਕ ਸੋਚ ਨਾਲ ਜੁੜੀ ਹੋਈ ਚੀਜ਼ ਆ, ਜਾਂ ਫਿਰ ਸਾਡੇ ਖਾਣ ਪੀਣ ਨਾਲ, ਜਾਂ ਸਾਡੇ ਧਰਾਤਲ ਨਾਲ। ਧਰਾਤਲ ਦਾ ਪੁੱਛਣ ਦਾ ਮੇਰਾ ਮਕਸਦ ਇਹ ਹੈ ਕਿ ਮੈਂ ਜਦੋਂ, ਮੈਨੂੰ ਬਹੁਤ ਘੱਟ ਪਤਾ ਸੀ ਇਸ ਚੀਜ਼ ਬਾਰੇ, ਜਦੋਂ ਮੈਂ ਪੜ੍ਹਿਆ ਤਾਂ ਉਹਦੇ ਤੇ ਲਿਖਿਆ ਹੋਇਆ ਕਿ ਕੈਨੇਡਾ ਦੇ ਜਿਹੜੇ 30% ਲੋਕਾਂ ਨੂੰ ਇਹ ਪ੍ਰੋਬਲਮ ਆ, ਹਨਾ, ਜਦਕਿ ਉਹ ਠੰਡਾ ਮੁਲਕ ਹੈ, ਉੱਥੇ ਆਪਾਂ ਕਹਿੰਦੇ ਹਾਂ ਕਿ ਖਾਣ ਪੀਣ ਵੀ ਜ਼ਿਆਦਾ ਸਾਫ਼ ਸੁਥਰਾ, ਵਾਤਾਵਰਨ ਵੀ ਸਾਫ਼ ਸੁਥਰਾ। ਮੇਨ ਰੀਜ਼ਨ ਕੀ ਹੋ ਸਕਦਾ ਵੀ ਤੁਹਾਡਾ ਖਾਣ ਪੀਣ ਇਹਦੇ ਚ ਮੇਨ ਰੀਜ਼ਨ ਹੋ ਸਕਦਾ, ਤੁਹਾਡਾ ਦਿਮਾਗ ਹੋ ਸਕਦਾ, ਜਾਂ ਵਾਕਈ ਪੇਟ ਦੀ ਕੋਈ ਬਿਮਾਰੀ ਹੋ ਸਕਦੀ ਹੈ, ਜਾਂ ਤੁਹਾਡਾ ਆਲਾ ਦੁਆਲਾ? ਮੈਮ ਜੋ ਮੈਂ ਮੰਨਦਾ ਬੋਝ ਜ਼ਿਆਦਾ ਰੱਖਣਾ ਉਹ ਕਿਤੇ ਵੀ ਹੋ ਸਕਦਾ, ਕਿਤੇ ਵੀ ਕਿਸੇ ਵੀ ਕੰਟਰੀ ਚ ਕਿਸੇ ਨੂੰ ਵੀ ਹੋ ਸਕਦਾ। ਬਿਲਕੁਲ, ਜੈਨੇਟਿਕ ਫੈਕਟਰ ਵੀ ਹੋ ਸਕਦਾ। ਕਈ ਵਾਰ ਆਪਾਂ ਦੇਖਦੇ ਹਾਂ ਵੀ ਪਰਿਵਾਰ ਚ ਸਾਰੇ ਬੋਝ ਰੱਖਦੇ ਹੁੰਦੇ ਆ, ਇੱਕ ਜਮਾ ਹੀ ਫੱਕਰ ਸੁਭਾਅ ਦਾ ਹੁੰਦਾ,
ਦੂਜਾ ਜਿਹੜਾ ਮੁੱਢਲਾ ਕਾਰਨ ਹੈ ਇਹਦਾ, ਉਹ ਮੈਂ ਇਹ ਮੰਨਦਾਗਾ ਵੀ ਸਰਟਨ ਫੂਡ ਇਨਟੋਲਰੈਂਸ ਹੋ ਸਕਦੀ ਆ, ਬਟ ਉਹਨੂੰ ਓਵਰ ਵਰਡ ਅਸੀਂ ਬਣਾ ਲੈਂਦੇ ਹਾਂ। ਠੇਠ ਪੰਜਾਬੀ ਲੈਂਗੁਏਜ ਦੇ ਵਿੱਚ ਕਈ ਚੀਜ਼ਾਂ ਤੋਂ ਸਾਨੂੰ ਅਲਰਜੀ ਹੋ ਸਕਦੀ ਆ, ਪਰ ਉਹ ਅਲਰਜੀ ਦੇ ਲਈ ਅਸੀਂ ਬਹੁਤ ਜ਼ਿਆਦਾ ਬੋਝ ਰੱਖਣ ਲੱਗ ਜਾਂਦੇ ਹਾਂ, ਜਿਹਦੇ ਕਰਕੇ ਪ੍ਰੋਬਲਮ ਵੱਧਦੀ ਵੱਧਦੀ ਵੱਧ ਜਾਂਦੀ ਆ। ਤਾਂ ਵਾਤਾਵਰਨ ਇੱਕ ਪਹਿਲੂ ਆ ਜਿਹਨੂੰ ਆਪਾਂ 30% ਕਹਿ ਸਕਦੇ ਹਾਂ, 70 ਜਾਂ 60% ਜ਼ਿਆਦਾ ਸਹੀ ਹੋਊਗਾ, 60% ਇਹ ਬੋਝ ਰੱਖਣ ਨਾਲ ਹੁੰਦੀ ਆ, 60-30-90 10% ਤੁਹਾਡੀ ਇਨਟੋਲਰੈਂਸ। ਜੇ ਤੁਸੀਂ ਮੈਨੂੰ 100 ਚੋਂ ਇਹਨੂੰ ਇੱਕ ਰੇਸ਼ੋ ਜਾਂ ਇੱਕ ਨੰਬਰ ਦੇਣ ਲਈ ਕਹੋਗੇ ਤਾਂ ਉਹ ਇਹ ਵਾਲਾ ਨੰਬਰ ਆ। ਅੱਛਾ ਜੀ। ਹੁਣ ਜਿਵੇਂ ਤੁਸੀਂ ਕਿਹਾ ਵੀ ਇਹ ਤੁਹਾਡੇ ਪਰਿਵਾਰ ਚ ਵੀ ਹੋ ਸਕਦੀ ਆ, ਇਹ ਵੀ ਗੱਲ ਸਹੀ ਆ। ਮੈਂ ਇਹ ਵੀ ਦੇਖਿਆ ਕਿ ਉਹ ਕਹਿੰਦੇ ਵੀ ਪਰਿਵਾਰ ਦੇ ਵਿੱਚ ਵੀ ਕਈ ਵਾਰ ਸਾਰੇ ਸਾਰੇ ਜੀਆਂ ਨੂੰ ਹੀ ਹੁੰਦੀ ਆ। ਹਾਂਜੀ। ਤੇ ਇਹਦਾ ਮਤਲਬ ਇਹੀ ਆ ਕਿ ਜੇ ਸਾਰਿਆਂ ਦੇ ਸਟ੍ਰੈਸ ਲੈਵਲ ਇੱਕੋ ਤਰੀਕੇ ਦਾ, ਇੱਕੋ ਮਤਲਬ ਇੱਕੋ ਜਿੰਨੀ ਉਹ ਚਿੰਤਾ ਕਰਦੇ ਆ, ਤਾਂ ਇਹ ਚੀਜ਼ ਹੋ ਸਕਦੀ ਆ, ਹਨਾ। ਹੁਣ ਜੇ ਆਪਾਂ ਕਹੀਏ ਕਿ ਸਹੀ ਲੱਛਣ ਕੀ ਨੇ, ਜਿਵੇਂ ਹੁਣ ਕਈ ਵਾਰੀ ਆਪਾਂ ਐਵੇਂ ਵੀ ਹੋ ਜਾਂਦਾ ਕਿ ਪੇਟ ਤਾਂ ਤੁਹਾਡਾ 2-3 ਦਿਨਾਂ ਲਈ ਵੀ ਖਰਾਬ ਰਹਿੰਦਾ। ਨੋਰਮਲ ਲੋਕ ਇਹ ਵੀ ਕੰਪਲੇਨ ਕਰਦੇ ਹੁੰਦੇ ਕਿ ਕਈ ਵਾਰੀ ਮੈਨੂੰ ਕਬਜ਼ ਹੋ ਜਾਂਦੀ ਹੈ, ਕਈ ਵਾਰ ਮੈਨੂੰ ਲੂਜ ਮੋਸ਼ਨ ਵੀ ਹੋ ਜਾਂਦੇ ਆ, ਹਨਾ, ਜਾਂ ਬਹੁਤ ਅਨੀਮੀਆ ਵੀ ਬਹੁਤ ਸਾਰੇ ਪੇਸ਼ੈਂਟਸ ਨੂੰ ਹੁੰਦਾ ਹੀ ਹੁੰਦਾ ਕਿ ਖੂਨ ਤੁਹਾਡਾ ਵੀ ਘੱਟ ਹੋ ਸਕਦਾ, ਮੇਰਾ ਵੀ ਹੋ ਸਕਦਾ, ਪਰ ਸਹੀ ਲੱਛਣ ਅਸੀਂ ਕੀ ਦੇਖਾਂਗੇ? ਇਹਦਾ ਸਭ ਤੋਂ ਸਹੀ ਲੱਛਣ ਆ ਤੁਹਾਡਾ ਪੇਟ ਥੋੜਾ ਜਿਹਾ ਖਾਣਾ ਖਾਣ ਤੋਂ ਬਾਅਦ ਫੁੱਲ ਜਾਣਾ, ਬਹੁਤ ਜ਼ਿਆਦਾ ਗੈਸ, ਬਲੋਟਿੰਗ ਕਹਿ ਦਿੰਦੇ, ਬਹੁਤ ਜ਼ਿਆਦਾ ਗੈਸ ਪਾਸ ਹੋਣੀ। ਦੂਜਾ ਇਹਦਾ ਬਹੁਤ ਜ਼ਿਆਦਾ ਮੁੱਢਲਾ ਸਿਮਟਮ ਆ ਜਿਹੜਾ, ਉਹ ਇਹ ਆ ਵੀ ਕੁਛ ਵੀ ਖਾਣਾ ਤੇ ਉਦੋਂ ਬਾਅਦ ਨਾਲ ਦੀ ਨਾਲ ਟੋਇਲਟ ਨੂੰ ਰਸ਼ ਕਰਨਾ, ਟੋਇਲਟ ਆਉਣੀ ਵੀ ਜਾਂ ਨਹੀਂ ਵੀ ਆਉਣੀ, ਪਰ ਅਨਸੰਤੁਸ਼ਟੀ ਬਣੀ ਰਹਿਣੀ ਮਨ ਦੇ ਵਿੱਚ, ਤਾਂ ਇਹਦਾ ਸਿਮਟਮ ਹੋ ਸਕਦਾ। ਤਾਂ ਜਦੋਂ ਇਹ ਸਿਮਟਮ ਜਾ ਕੇ ਅਸੀਂ ਡਾਕਟਰਸ ਨੂੰ ਦੱਸਦੇ ਹਾਂ, ਤਾਂ ਉਹ ਤੁਹਾਡੀ ਗੱਲਬਾਤ ਦੇ ਲਹਿਜੇ ਤੋਂ, ਤੁਹਾਡੇ ਬੋਲਣ ਤੋਂ ਹੀ ਇਹਦਾ ਡਾਇਗਨੋਸ ਬਣਦਾ, ਇਹਦਾ ਡਾਇਗਨੋਸ ਕਿਸੇ ਟੈਸਟਾਂ ਤੋਂ ਨਹੀਂ ਬਣਦਾ। ਤਾਂ ਇਹ ਸਮਝਣ ਦੀ ਲੋੜ ਆ। ਮੈਂ ਇੱਥੋਂ ਤੱਕ ਪੇਸ਼ੈਂਟ ਦੇਖੇ ਹੋਏ ਆ ਵਿਦਾਊਟ ਡਾਕਟਰੀ ਸਲਾਹ, ਸਿੱਧਾ ਪਹਿਲਾਂ ਅਲਟਰਾਸਾਊਂਡ ਕਰਾਉਂਦੇ ਆ ਆਪ ਪੇਟ ਦਾ ਜਾ ਕੇ, ਜਿਹਨੂੰ ਅਸੀਂ ਅਬਡੋਮਨ ਅਲਟਰਾਸਾਊਂਡ ਕਹਿ ਦਿੰਦੇ ਹਾਂ, ਫਿਰ ਉਹ ਈਵਨ ਸਿਟੀ ਸਕੈਨ ਤੱਕ ਕਰਾ ਲਿਆਉਂਦੇ ਆਪ ਹੀ, ਕਿਉਂਕਿ ਇੰਡੀਆ 'ਚ ਸੁਵਿਧਾ ਵੀ ਤੁਸੀਂ ਅਲਟਰਾਸਾਊਂਡ ਸਿੱਧਾ ਜਾ ਕੇ ਕਰਾ ਸਕਦੇ ਹੋ, ਸਿਟੀ ਲਈ ਡਾਕਟਰਸ ਦੀ ਪਰਮਿਸ਼ਨ ਲੋੜ ਹੁੰਦੀ ਆ, ਵੀ ਉਸ ਲਹਿਜੇ 'ਚ ਜਾ ਕੇ ਵੀ ਉਹ ਇੰਨਾ ਵਰਿਡ ਹੋ ਜਾਂਦੇ ਆ ਵੀ ਇੰਨੀ ਡੀਪ ਇਨਵੈਸਟੀਗੇਸ਼ਨ 'ਚ ਚਲੇ ਜਾਂਦੇ ਆ, ਹਾਲਾਂਕਿ ਇਹ ਕਲੀਅਰ ਕੱਟ ਸਾਈਕੋਲੋਜੀ ਨਾਲ ਬ੍ਰੇਨ ਨੂੰ ਰਿਲੈਕਸ ਕਰਕੇ ਇਹਨੂੰ ਠੀਕ ਕੀਤਾ ਜਾ ਸਕਦਾ। ਕਿਉਂਕਿ ਮੈਂ ਇਹਨੂੰ ਓਪਨਲੀ ਕਹਿ ਰਿਹਾ ਮੈਮ, ਉਹ 100% ਨੂੰ ਜੇ ਆਪਾਂ ਸਾਈਡ ਤੇ ਰੱਖ ਦਈਏ, ਇਹ 98% ਇੱਥੇ ਆ, 2% ਪੇਟ 'ਚ ਆ, ਪੇਸ਼ੈਂਟ ਮਰੀਜ਼ ਇਹਨੂੰ 98% ਇੱਥੇ ਮੰਨਦਾ, 2% ਇੱਥੇ, ਦਿਮਾਗ 'ਚ ਮੰਨਦਾ, ਬਿਲਕੁਲ। ਤੇ ਸਾਈਕੋਲੋਜੀਕਲੀ ਕਿਵੇਂ ਠੀਕ ਕਰਦੇ ਆ ਆਪਾਂ, ਕੀ ਕੋਈ ਕਾਉਂਸਲਿੰਗਸ ਹੁੰਦੀਆਂ ਨੇ, ਕਿਵੇਂ ਕੀ ਪਾਰਟ ਹੁੰਦਾ ਉਸ? ਇਹਨੂੰ ਬੇਸਿਕਲੀ ਮੈਮ IBS ਕਾਉਂਸਲਿੰਗ ਕਹਿੰਦੇ ਆ, ਇਰੀਟੇਬਲ ਬਾਊਲ ਸਿੰਡਰੋਮ ਦੀ ਕਾਉਂਸਲਿੰਗ। ਮਨੋਵਿਗਿਆਨਿਕ ਜਾਂ ਸਾਈਕੋਲੋਜਿਸਟ ਦੇ ਥਰੂ ਕਾਉਂਸਲਿੰਗ ਲੈ ਕੇ ਨਾਲ ਡਾਇਟ ਨੂੰ ਲਿਜਾ ਕੇ ਤੁਸੀਂ ਇਹਨੂੰ ਬਿਲਕੁਲ ਵਿਦਆਊਟ ਦਵਾਈਆਂ ਟ੍ਰੀਟ ਕਰ ਸਕਦੇ ਹੋ। ਹਾਂਜੀ। ਇਸ ਪਹਿਲੂ ਨਾਲ ਕਿਤੇ ਨਾ ਕਿਤੇ ਗੈਸਟਰੋਨਟੋਲੋਜਿਸਟ, ਜੋ ਕਿ ਪੇਟ ਦੇ ਸੁਪਰ ਸਪੈਸ਼ਲਿਸਟ ਡਾਕਟਰ ਹੁੰਦੇ ਆ, ਉਹ ਵੀ ਐਗਰੀ ਕਰਦੇ ਆ, ਕਿਉਂਕਿ ਇਹ ਦੋਨਾਂ ਦਾ ਮੇਲ ਆ। ਪੇਟ ਚੰਗੀ ਤਰ੍ਹਾਂ ਨਾ ਸਾਫ਼ ਹੋਣਾ ਸਾਈਕੋਲੋਜੀਕਲੀ ਇਸ਼ੂ ਕਿਵੇਂ ਆ, ਮੈਂ ਤੁਹਾਨੂੰ ਦੱਸਦਾ। ਮੰਨ ਲਓ ਮੈਮ ਆਪਾਂ ਇਹ ਚੁੰਡੀ ਵੱਡੀ ਥੋੜੀ ਜੀ, ਮੰਨ ਲਓ ਇੰਨੀ ਕੁ ਚੁੰਡੀ ਤੇ ਮਹਿਸੂਸ ਹੋਇਆ ਮੈਨੂੰ ਪੇਟ, ਇੰਨਾ ਕੁ ਮਹਿਸੂਸ ਹੋਇਆ ਜਿਹਨੂੰ ਹਾਜਤ ਕਹਿੰਦੇ ਆ ਪੰਜਾਬੀ 'ਚ, ਮੈਂ ਟੋਇਲਟ ਗਿਆ ਮੇਰਾ ਪੇਟ ਸਾਫ਼ ਹੋ ਗਿਆ। ਕਈਆਂ ਨੂੰ ਇਹ ਚੁੰਡੀ ਥੋੜੀ ਜਿਹੀ ਵੱਧ ਵੰਡਣੀ ਪੈਂਦੀ ਆ, ਕਈਆਂ ਨੂੰ ਇਹ ਚੁੰਡੀ ਪੂਰੀ ਪੰਜਾਬੀ 'ਚ ਜਿਹਨੂੰ ਆਪਾਂ ਕਹਿੰਦੇ ਆ ਝੰਗਿਆੜਾ ਮਾਰਨ ਵਾਲੀ, ਮਾਲਵੇ ਦਾ ਇੱਕ ਸ਼ਬਦ ਆ ਝੰਗਿਆੜਾ, ਵੀ ਮੇਰੇ ਵਾਟੀ ਕੱਢਤੇ ਯਾਰ, ਉਹਨੇ ਤੇ ਸਾਫ਼ ਹੁੰਦਾ। ਤਾਂ ਆਪਾਂ ਨੂੰ ਸਮਝਣ ਦੀ ਇਹ ਲੋੜ ਆ ਵੀ ਤੁਹਾਨੂੰ ਚੁੰਡੀ ਦਾ ਦਰਦ ਕਿੰਨਾ ਮਹਿਸੂਸ ਹੁੰਦਾ। ਜੋ ਬਚਪਨ ਤਾਂ ਆਪਾਂ ਨੂੰ ਪੇਰੈਂਟਸ ਨੇ ਮਨਾਂ 'ਚ ਵਾੜਤਾ ਵੀ ਉੱਠਣ ਸਾਰ ਟੋਇਲਟ ਜਾਓ, ਉੱਥੋਂ ਇਹਦੀ ਜੜ ਸ਼ੁਰੂਆਤ ਹੋਊਗੀ। ਅੱਛਾ ਜੀ। ਕਿਵੇਂ ਮੈਮ, ਹੁਣ ਬੰਬੇ ਇੱਕ ਬਹੁਤ ਮਹਾਂ ਸ਼ਹਿਰ ਆ ਜਾਂਦਾ ਜਾਂ ਮਹਾਂ ਵੱਡਾ ਆਪਾਂ ਸਿਟੀ ਕਹਿ ਸਕਦੇ ਹਾਂ, ਬਿਲਕੁਲ। ਤੇ ਮੰਨ ਲਓ ਅਮਰੀਕਾ ਦਾ ਇੱਕ ਬਹੁਤ ਵੱਡਾ ਸ਼ਹਿਰ ਆ ਨਿਊਯਾਰਕ, ਉੱਥੇ ਤਾਂ ਲੋਕ ਸੌਂਦੇ ਹੀ ਨਹੀਂ ਜਾਂ ਸੌਂਦੇ ਹੀ ਘੰਟਾ 7 ਵਜੇ ਸੌਂਦੇ, ਫਿਰ ਇਹਦਾ ਮਤਲਬ ਤਾਂ ਉਹਨਾਂ ਦਾ ਪੇਟ ਕਦੇ ਸਾਫ਼ ਹੋਣਾ ਹੀ ਨਹੀਂ। ਜੇ ਆਪਾਂ ਬਚਪਨ ਤੋਂ ਉਸੇ ਚੀਜ਼ ਨੂੰ, ਕੰਡੀਸ਼ਨਿੰਗ ਨੂੰ ਮੂਰੇ ਰੱਖੀਏ ਵੀ ਸਾਡਾ ਪੇਟ ਤਾਂ ਸਵੇਰ 5-7 ਵਜੇ ਦੇ ਵਿੱਚ ਸਾਫ਼ ਹੋਣਾ ਚਾਹੀਦਾ, ਅਸੀਂ ਇੱਕ ਪੱਕਾ ਟਾਈਮ ਸਮਝ ਲਈਏ, ਜਦੋਂ ਤੁਹਾਨੂੰ ਹਾਜਤ ਹੁੰਦੀ ਆ ਤੁਸੀਂ ਟਾਇਲਟ ਉਦੋਂ ਜਾਣਾ। ਇਹ ਮੇਰੇ ਲਈ ਮੈਮ ਸਵੇਰ 9 ਵਜੇ ਹੋ ਸਕਦਾ, ਤੁਹਾਡੇ ਲਈ ਸ਼ਾਮ ਦਾ 5 ਵਜੇ ਹੋ ਸਕਦਾ। ਹੋਇਆ ਕਿ ਜਦੋਂ ਬਚਪਨ ਤੋਂ ਕੰਡੀਸ਼ਨਿੰਗ ਇਹ ਕਰ ਦਿੱਤੀ ਗਈ ਵੀ ਉੱਠਣ ਸਾਰ ਟਾਇਲਟ ਜਾਓ, ਹਾਜਤ ਹੋਈ ਨਹੀਂ ਤੇ ਆਪਾਂ ਕੁਦਰਤ ਦੇ ਉਲਟ ਚੱਲਣਾ ਸ਼ੁਰੂ ਕਰਤਾ, ਤਾਂ ਇਹ ਵੱਧਦੀ ਵੱਧਦੀ ਕਿਤੇ ਨਾ ਕਿਤੇ IBS ਤੇ ਹੋਰ ਰੂਪ ਧਾਰਨ ਕਰ ਗਈ। ਹੁਣ ਬਹੁਤ ਸਾਰੇ ਬੱਚੇ ਬਚਪਨ 'ਚ ਟਾਇਲਟ ਜਾਣ ਨੂੰ ਹੀਨਤਾ ਸਮਝਣ ਲੱਗ ਗਏ ਆ, ਉਹ ਕਿਤੇ ਨਾ ਕਿਤੇ ਝੇਪ ਮੰਨਦੇ ਆ, ਉਹ ਮਦਰ ਦੇ ਕੋਲੇ ਜਾਂ ਮਾਂ ਕੋਲੇ ਆ ਕੇ ਕਹਿੰਦੇ ਵੀ ਮੈਂ ਟਾਇਲਟ ਜਾਣਾ, ਓਪਨਲੀ ਰਿਸ਼ਤੇਦਾਰੀ 'ਚ ਬੈਠ ਕੇ ਇਹ ਕਹਿ ਨਹੀਂ ਪਾਉਂਦੇ ਵੀ ਮੈਂ ਟਾਇਲਟ ਜਾਣਾ। ਉਦੋਂ ਕੀ ਹੁੰਦਾ, ਹਾਜਤ ਹੋਈ ਆ ਉਹਨਾਂ ਨੂੰ,
ਬਟ ਉਹ ਟਾਇਲਟ ਨਹੀਂ ਗਏ, ਜਦੋਂ ਨਹੀਂ ਗਏ ਤਾਂ ਵਿਚਾਰਿਆਂ ਦਾ ਉਹ ਪ੍ਰੋਬਲਮ ਵੱਧਦੀ ਵੱਧਦੀ ਇਸ ਨੌਬਤ ਤੱਕ ਆ ਗਈ। ਬੱਚਿਆਂ ਨੂੰ ਸਕੂਲ ਚੋਂ ਝਿੜਕਾਂ ਪੈਣੀਆਂ, ਬੱਚਿਆਂ ਨੂੰ ਇਸ ਰੂਪ ਚ ਝਿੜਕਣਾ ਵੀ ਉਹ ਤੁਹਾਨੂੰ ਖੁੱਲ ਕੇ ਦਿਲ ਦੀ ਗੱਲ ਹੀ ਨਹੀਂ ਦੱਸ ਪਾ ਰਹੇ ਆ। ਮੰਨ ਲਓ ਤੁਹਾਡੇ ਬੱਚੇ ਨੇ ਕੋਈ ਸ਼ਰਾਰਤ ਕੀਤੀ, ਕਿੱਥੇ ਤਾਂ ਉਹ ਇੰਨਾ ਕੌਨਫੀਡੈਂਟ ਆ ਵੀ ਉਹ ਆ ਕੇ ਓਪਨਲੀ ਮਦਰ ਨੂੰ ਕਹਿ ਰਿਹਾ ਵੀ ਮੰਮਾ, ਜਾਂ ਤੁਹਾਡਾ ਜਿਵੇਂ ਰੁਪਿੰਦਰ ਮੰਮਾ ਤੁਹਾਡਾ ਨਾਮ ਵੀ ਕਈ ਵਾਰ ਬੱਚੇ ਲੈ ਦਿੰਦੇ ਆ ਵੀ ਮੰਮਾ ਮੈਥੋਂ ਆਹ ਗਲਤੀ ਹੋ ਗਈ, ਤੁਸੀਂ ਉਹਨਾਂ ਨੂੰ ਝਿੜਕਿਆ ਨੀ, ਤੁਸੀਂ ਕਿਹਾ ਫਿਰ ਕੀ ਹੈ ਬੇਟਾ ਕੋਈ ਇਸ਼ੂ ਨਹੀਂ ਆ, ਜਾਂ ਗਲਾਸ ਡਿੱਗ ਪਿਆ ਤੁਸੀਂ ਕਿਹਾ ਫਿਰ ਕੀ ਹੈ ਡਿੱਗ ਪਿਆ, ਉਹਨੇ ਕੂਲ ਡਾਊਨ ਲਿੱਤਾ ਵੀ ਫਿਰ ਕੀ ਹੈ ਗਲਤੀ ਹੋ ਗਈ, ਕਿੱਥੇ ਤੁਸੀਂ ਉਹਨੂੰ ਅੱਗੇ ਵੱਢ ਖਾਣ ਵਾਂਗੂ ਪੈ ਗਏ ਵੀ ਤੂੰ ਕੀਤਾ ਤਾਂ ਕੀਤਾ ਕਿਵੇਂ। ਉਹ ਡਰ ਆ ਜਿਹੜਾ ਉਹ ਡਾਈਜੈਸਟਿਵ ਬ੍ਰੇਨ ਨੂੰ ਖਰਾਬ ਕਰਦਾ। ਅੱਛਾ ਜੀ, ਕਿਵੇਂ? ਕਿਉਂਕਿ ਬ੍ਰੇਨਸ ਦੋ ਨੇ ਮੈਮ, ਇੱਕ ਆ ਵਾਲੀ ਬ੍ਰੇਨ ਆ, ਇੱਕ ਡਾਈਜੈਸਟਿਵ ਬ੍ਰੇਨ ਆ। ਬਟ ਪੇਸ਼ੈਂਟ ਲਈ ਬ੍ਰੇਨ ਦਿਮਾਗ ਸਿਰਫ ਆਈ ਆ, ਤਾਂ ਜਦੋਂ ਉਹਦੇ ਲਈ ਦਿਮਾਗ ਆਹਾ ਤਾਂ ਉਹਨੂੰ ਮਹਿਸੂਸ ਹੀ ਨਹੀਂ ਕਰ ਪਾਉਂਦਾ। ਹੁਣ ਇਹਦੀ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਤੁਹਾਡੀ ਬੈਸਟ ਫਰੈਂਡ ਦੀ ਲਾਈਫ 'ਚ ਕੁਛ ਬਹੁਤ ਨੈਗੇਟਿਵ ਵਾਪਰਿਆ, ਮੰਨ ਲਓ ਉਦਾਹਰਨ ਦੇ ਤੌਰ ਤੇ ਐਕਸੀਡੈਂਟ ਹੋ ਗਿਆ, ਤੁਹਾਨੂੰ ਫੋਨ ਆਉਂਦਾ, ਤੁਹਾਨੂੰ ਫੋਨ ਤੇ ਪਹਿਲਾਂ ਯਕੀਨ ਦਵਾਇਆ ਜਾਂਦਾ ਵੀ ਇਹ ਸੱਚ ਆ, ਤੁਸੀਂ ਨਹੀਂ ਮੰਨਦੇ, ਅਕਸੈਪਟ ਕਰਦੇ ਹੋ, ਸੱਚ ਮੰਨ ਲੈਂਦੇ ਹੋ, ਤੁਸੀਂ ਤਕਰੀਬਨ ਦੇਖਿਓ ਵਿਦ ਇਨ 2 ਮਿੰਟ ਤੁਹਾਡਾ ਪੇਟ ਖਰਾਬ ਹੋ ਜਾਂਦਾ। ਔਰ ਇਹ ਚੀਜ਼ ਹੁੰਦੀ ਆ, ਕਈ ਲੋਕ ਕਹਿਣਗੇ ਹਵਾਈ ਸਫ਼ਰ ਕਰਨ ਤੋਂ ਪਹਿਲਾਂ ਮੈਨੂੰ ਮੇਰਾ ਪੇਟ ਖਰਾਬ ਹੋ ਜਾਂਦਾ, ਜਾਂ ਮੈਂ ਕਈ ਵਾਰੀ ਕਿਤੇ ਜਾਣਾ ਹੋਵੇ ਰਿਸ਼ਤੇਦਾਰੀ ਮੈਨੂੰ ਮੈਂ ਜਲਦੀ ਜਲਦੀ ਕਰਾਂ ਤਾਂ ਮੈਨੂੰ ਐਂ ਲੱਗਣ ਲੱਗ ਜੂਗਾ ਕਿ ਮੈਨੂੰ ਲੂਜ ਮੋਸ਼ਨ ਹੋ ਰਿਹਾ। ਅਤੇ ਬਹੁਤ ਸਾਰੇ ਲੋਕ ਇਦਾਂ ਦੀ ਕੰਪਲੇਨ ਤੁਹਾਡੇ ਨਾਲ ਡਿਸਕਸ਼ਨ ਕਰਦੇ ਨੇ ਕਈ ਵਾਰ। ਹਾਂਜੀ, ਤਾਂ ਇਹ ਜਿਹੜੀ ਪ੍ਰੋਬਲਮ ਆ ਮੈਂ ਇਹ ਓਵਰ ਐਕਟਿਵ ਤੇ ਅੰਡਰ ਐਕਟਿਵ ਬਲੈਡਰ ਕਰਕੇ ਵੀ ਹੋ ਜਾਂਦੀ ਆ, ਯਾਨੀ ਕਿ ਤੁਹਾਡਾ ਜਿਹੜਾ ਬਲੈਡਰ ਹੈਗਾ ਉਹ ਬਹੁਤ ਜ਼ਿਆਦਾ ਐਕਟਿਵ ਹੋਇਆ ਹੋਇਆ ਲੋੜ ਤੋਂ ਵੱਧ ਤੇ ਅੰਡਰ ਐਕਟਿਵ ਆ, ਤਾਂ ਬੇਸਿਕਲੀ ਸੈਂਸੇਸ਼ਨ ਕਹਿੰਦੇ ਆ ਇਹਨੂੰ। ਹੁਣ ਮੈਂ ਉਦਾਹਰਨ ਦਿੰਦਾ, ਮੰਨ ਲਓ ਮੈਮ ਇਹਨੂੰ ਆਪਾਂ ਮੰਨੀਏ ਵੀ ਇਹ ਮੋਮਬੱਤੀ ਆ, ਮੈਂ ਤੇ ਹੱਥ ਉਂਗਲਾਂ ਇਦਾਂ ਲਾਈਆਂ, ਬ੍ਰੇਨ ਨੇ ਸਿਗਨਲ ਭੇਜਿਆ ਵੀ ਭਾਈ ਗਰਮ ਆ ਚੀਜ਼ ਹੱਥ ਪਿੱਛੇ ਖਿੱਚ ਲਾ, ਮਸਲ ਮੈਮਰੀ। ਮੰਨ ਲਓ ਵੀ ਮੈਂ ਹੱਥ ਪਿੱਛੇ ਨਹੀਂ ਖਿੱਚ ਪਾ ਰਿਹਾ, ਬ੍ਰੇਨ ਦਾ ਸਿਗਨਲ ਟੁੱਟ ਗਿਆ, ਤਾਂ ਮੇਰਾ ਹੱਥ ਮੱਚ ਜੂਗਾ। ਤਾਂ ਆਪਾਂ ਨੂੰ ਸੈਂਸੇਸ਼ਨ ਸਮਝਣ ਦੀ ਲੋੜ ਆ ਵੀ ਮੇਰਾ ਪੇਟ ਕਦੋਂ ਸਾਫ਼ ਹੋਣਾ। ਜਦੋਂ ਇੱਥੋਂ ਤੱਕ ਆਪਾਂ ਆ ਗਏ ਤਾਂ ਪੇਟ ਵੀ ਚੰਗੀ ਤਰ੍ਹਾਂ ਸਾਫ਼ ਹੋਊਗਾ, ਤੁਸੀਂ IBS ਚੋਂ ਬਾਹਰ ਵੀ ਆ ਜਾਓਗੇ। ਤਾਂ ਇਸ ਚੀਜ਼ ਨੂੰ ਬਰੀਕੀ ਨਾਲ ਸਮਝਣ ਦੀ ਲੋੜ ਆ, ਤੇ ਇੱਕ ਮਨ ਚੋਂ ਡਰ ਕੱਢਣ ਦੀ ਲੋੜ ਆ। ਵੱਧ ਤੋਂ ਵੱਧ ਕੀ ਹੋਜੂ, ਲੂਜ਼ ਮੋਸ਼ਨ ਆ ਜਾਣਗੇ, ਉਹਦਾ ਹੱਲ ਹੋਜੂ। ਜਦੋਂ ਆਪਾਂ ਜ਼ਿੰਦਗੀ ਨੂੰ ਖੁੱਲ ਮਿਜ਼ਾਜ ਤਰੀਕੇ ਨਾਲ ਜਿਉਣੇ ਆ, ਤਾਂ ਪੇਟ ਨੂੰ ਪਤਾ ਲੱਗਦਾ ਵੀ ਭਾਈ ਦਿਮਾਗ ਸੋਲਿਡ ਆ ਤੇ ਮੈਂ ਵਧੀਆ ਰੈਲਾ ਚੱਲਣਾ। ਜਦੋਂ ਆਪਾਂ ਉਹਨੂੰ ਡਰ ਕ੍ਰੀਏਟ ਕਰਤਾ ਮੂੰਹ 'ਚ ਮਨ 'ਚ, ਉਹ ਖਾਣ ਤੋਂ ਪਹਿਲਾਂ ਹੀ ਡਰਦੀ, ਕਿਉਂਕਿ ਮੈਂ ਮੈਨੂੰ ਬਹੁਤ ਜ਼ਿਆਦਾ ਮੰਨਦਾ, ਪਹਿਲਾਂ ਤੁਹਾਡੀਆਂ ਅੱਖਾਂ ਖਾਂਦੀਆਂ, ਫੇਰ ਤੁਹਾਡਾ ਮਨ ਖਾਂਦਾ, ਫੇਰ ਤੁਹਾਡਾ ਸਰੀਰ ਖਾਂਦਾ। ਆਪਾਂ ਮਨ ਦੇ ਇਹਨੂੰ ਉਲਟਾ ਵੀ ਸਿੱਧਾ ਪੇਟ ਹੀ ਖਾਣਾ ਮੰਗੀ ਜਾਂਦਾ, ਏਦਾਂ ਨਹੀਂ। ਤੇ ਹੁਣ ਇਹਦੇ ਲਈ ਕਿੰਨੀਆਂ ਕੁ, ਮਤਲਬ ਆਪਾਂ ਜਿਵੇਂ ਕਿਸੇ ਸਾਈਕੋਲੋਜਿਸਟ ਕੋਲ ਜਾਂਦੇ ਆ, ਤਾਂ ਸਾਡਾ ਕਿੰਨਾ ਕੁ ਲੰਮਾ ਟ੍ਰੀਟਮੈਂਟ ਹੁੰਦਾ, ਕਿੰਨੀਆਂ ਕੁ ਕਾਉਂਸਲਿੰਗ ਸਾਨੂੰ ਲੈਣੀਆਂ ਪੈਂਦੀਆਂ? ਐਵੇਂ ਹੁੰਦਾ ਕਿ ਕਈ ਪੇਸ਼ੈਂਟ ਪਹਿਲੀ ਵਾਰ 'ਚ ਜਾਂ ਦੂਜੀ ਵਾਰ 'ਚ ਹੀ ਸਮਝ ਜਾਂਦੇ ਹੋਣਗੇ ਚੀਜ਼? ਮੈਮ ਇਹ ਕਹਾਣੀ ਤਾਂ ਇੰਨੀ ਆ, ਜੇ ਪੇਸ਼ੈਂਟ ਨੂੰ ਮਨ ਕੰਟਰੋਲ ਕਰਨਾ ਆ ਗਿਆ ਤਾਂ ਉਹ ਕਹਾਣੀ ਪਹਿਲੀ ਵਾਰ ਦੇ ਸੈਸ਼ਨ 'ਚ ਹੀ ਠੀਕ ਹੋ ਜਾਊਗਾ। ਹਾਂਜੀ, ਪਰ ਜੇ ਪੇਸ਼ੈਂਟ ਨੂੰ ਆਪਦੇ ਥੌਟਸ ਨੂੰ ਕੰਟਰੋਲ ਕਰਨਾ ਨਹੀਂ ਆਇਆ ਤੇ 3, 4, 5, 10, 15 ਸੈਸ਼ਨ ਤੱਕ ਵੀ ਲੱਗ ਜਾਂਦੇ ਆ। ਗੱਲ ਤਾਂ ਸਮਝਣ ਦੀ ਇਹ ਲੋੜ ਆ ਵੀ ਮਨ ਜੀਤੇ ਜਗ ਜੀਤ, ਜੇ ਤੁਸੀਂ ਮਨ ਨੂੰ ਜਿੱਤ ਲਿਆ ਤਾਂ ਪੇਟ ਉਹਦਾ ਪਪੇਟ ਆ, ਉਹਨੇ ਉਵੇਂ ਹੀ ਕੰਮ ਕਰਨਾ। ਹੁਣ ਆਪਾਂ ਕਿਤੇ ਨਾ ਕਿਤੇ ਪਿੰਡਾਂ 'ਚ ਉੱਠੇ ਹੋਏ ਆ, ਸ਼ਹਿਰਾਂ 'ਚ ਸੈੱਟ ਹੋਏ, ਅੱਗੇ ਵੱਡੇ ਸ਼ਹਿਰਾਂ 'ਚ ਗਏ, ਤੁਸੀਂ ਕਈ ਵਾਰੀ ਪਿੰਡ 'ਚ ਕੋਈ ਏਦਾਂ ਦਾ ਇਨਸਾਨ ਦੇਖਿਆ ਉਹ ਜਿਹੜਾ ਬਹੁਤ ਫੱਕਰ ਆ, ਉਹਨੇ ਕੀ ਕਰਨਾ, 10 ਮਿੰਟ ਪਹਿਲਾਂ ਲੱਸੀ ਪੀਤੀ ਆ, ਸਹੀ 15 ਮਿੰਟਾਂ ਬਾਅਦ ਚਾਹ ਪੀ ਲਈ, 10 ਮਿੰਟਾਂ ਬਾਅਦ ਲੱਸੀ, ਫਿਰ ਆਈਸਕ੍ਰੀਮ, ਤੇ ਤੁਸੀਂ ਉਹਨੂੰ ਪੁੱਛੋਗੇ ਵੀ ਭਾਜੀ ਤੁਹਾਨੂੰ ਕੁਛ ਨਹੀਂ ਹੋਇਆ, ਉਹ ਕਹਿਣਾ ਹੋਣਾ ਕੀ ਆ। ਉਹਦਾ ਮਤਲਬ ਇਹ ਆ ਵੀ ਉਹ ਇੱਥੋਂ ਚੜ੍ਹਦੀ ਕਲਾ 'ਚ ਆ, ਤਾਂ ਪੇਟ ਉਵੇਂ ਚੱਲ ਰਿਹਾ। ਜਿਹੜਾ ਬੰਦਾ ਕਰਦਾ ਫਿਕਰ, ਉਹਨੂੰ ਕੀ ਕਰਨਾ ਪੰਜਾਬੀ 'ਚ, ਉਹਨੂੰ ਨਾਰਮਲ ਪਾਣੀ ਨੇ ਵੀ ਖਰਾਬ ਕਰ ਦੇਣਾ। ਇਹ ਤਾਂ ਗੱਲ ਹੈ, ਹਾਂ ਇਹ ਸਮਝਣ ਦੀ ਲੋੜ ਆ ਆਪਾਂ ਨੂੰ। ਹੁਣ ਜਿਵੇਂ ਤੁਸੀਂ ਡਾਈਟੀਸ਼ੀਅਨ ਹੋ, ਹਨਾ, ਹੁਣ ਡਾਈਟ ਦਾ ਇਹਦੇ 'ਚ ਕੀ ਰੋਲ ਆ? ਜਿਵੇਂ ਓਵਰ ਫਾਈਬਰ ਕਹਿੰਦੇ ਸੰਗ੍ਰਹਿਣੀ 'ਚ ਤੁਹਾਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਤੁਹਾਨੂੰ ਲੂਜ਼ ਮੋਸ਼ਨ ਹੋਣਗੇ ਹੀ ਹੋਣਗੇ, ਹਨਾ, ਜਾਂ ਉਹਦੇ 'ਚ ਕਈ ਤਰ੍ਹਾਂ ਦੇ ਫੂਡ ਨੇ ਜਿਹੜੇ ਅਵੋਇਡ ਕਰਨ ਲਈ ਕਿਹਾ ਗਿਆ। ਤੇ ਤੁਸੀਂ ਜਦੋਂ ਪੇਸ਼ੈਂਟ ਇੱਕ ਸਾਈਕੋਲੋਜਿਸਟ ਦੇ ਨਾਲ ਨਾਲ ਤੁਹਾਡੇ ਕੋਲ ਵੀ, ਜਿਵੇਂ ਤੁਸੀਂ ਕਿਹਾ ਕਿ ਦੋਨੋਂ ਚੀਜ਼ਾਂ ਨਾਲ ਜੁੜੀ ਹੋਈ ਚੀਜ਼ ਆ, ਡਾਈਟ ਨਾਲ ਵੀ ਤੇ ਸਾਈਕੋਲੋਜੀ ਨਾਲ ਵੀ, ਤੁਸੀਂ ਉਹਦੀ ਜ਼ਿੰਦਗੀ 'ਚ ਕੀ ਚੇਂਜ ਕਰਦੇ ਹੋ, ਉਹਦੇ ਖਾਣ ਪੀਣ 'ਚ ਕਿਹੜੀਆਂ ਚੀਜ਼ਾਂ ਦਾ ਜਿਹਦਾ ਬਦਲਾਅ ਕਰਦੇ ਹੋ? ਕਿਉਂਕਿ ਕਹਿੰਦੇ ਕਿ ਪਾਣੀ ਤੁਹਾਡੇ ਪੇਟ 'ਚ ਜ਼ਿਆਦਾ ਦੇਰ ਠਹਿਰਦਾ ਨਹੀਂ ਕਿਉਂਕਿ ਵਾਰ ਵਾਰ ਤੁਹਾਨੂੰ ਲੂਜ਼ ਮੋਸ਼ਨ ਹੋ ਰਹੇ ਨੇ ਨਾ, ਤੇ ਫਿਰ ਤੁਸੀਂ ਉਹਨੂੰ ਕੀ ਬਦਲ ਕੇ ਦਿੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਮ ਅਸੀਂ OPD 'ਚ ਇਹ ਸਮਝ ਜਾਂਦੇ ਹਾਂ, ਜਦੋਂ ਕੋਈ ਪੇਸ਼ੈਂਟ 2 ਕਾਗਜ਼ ਲਿਖ ਕੇ ਲਿਆਇਆ, ਕਾਗਜ਼ ਉਹਨੇ ਦੋਨੋਂ ਭਰੇ ਵੇ ਉੱਪਰ ਤੋਂ ਨੀਚੇ ਤੱਕ, ਮੈਨੂੰ ਇਸ ਖਾਣੇ ਨਾਲ ਐ ਹੁੰਦਾ, ਇਹ ਖਾਣੇ ਨਾਲ ਇਹ ਹੁੰਦਾ, ਸਾਡਾ ਡਾਇਗਨੋਸ ਕਿਤੇ ਨਾ ਕਿਤੇ ਗੱਲਬਾਤ ਤੋਂ ਪਹਿਲਾਂ ਹੀ ਬਣ ਜਾਂਦਾ ਵੀ ਇਹਨੂੰ IBS ਆ, ਉਹਨੂੰ ਪਤਾ ਹੁੰਦਾ ਆਪਣੇ ਆਪ ਕੀ ਖਾ ਕੇ ਮੈਨੂੰ ਕੀ ਹੋ ਰਿਹਾ। ਉਹ ਤਕਰੀਬਨ IBS ਦਾ ਪੇਸ਼ੈਂਟ ਨਿਕਲਦਾ ਜਦੋਂ ਅਸੀਂ ਉਹਨੂੰ ਸਿੰਪਟਮ ਪੁੱਛਦੇ ਆ, ਐ ਹੁੰਦਾ ਹਾਂਜੀ, ਐ ਹੁੰਦਾ ਹਾਂਜੀ, ਤਾਂ ਸਾਨੂੰ ਉਹਦੇ ਪੇਜ ਤੋਂ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਇੰਨਾ
ਇੰਨਾ ਫਿਕਰਮੰਦ ਆਪਦੇ ਖਾਣੇ ਪ੍ਰਤੀ ਉਹਨੂੰ ਸੰਗ੍ਰਹਿਣੀ ਹੋਣੀ ਹੀ ਹੋਣੀ ਹੈ ਤਾਂ ਉੱਥੋਂ ਜਾਇਜ਼ ਹੋ ਜਾਂਦਾ। ਦੂਜਾ ਹੈਗਾ ਅਸੀਂ ਇਹਨੂੰ ਹਿੱਟ ਐਂਡ ਟ੍ਰਾਇਲ ਮੈਥਡ ਕਹਿੰਦੇ ਹਾਂ, ਪੰਜਾਬੀ ਚ ਤੀਰ ਤੇ ਤੁੱਕਾ ਮੈਥਡ। ਇਹਨੂੰ ਪੜ੍ਹਾਈਆਂ ਚ ਵੀ ਇਹੀ ਪੜ੍ਹਾਇਆ ਜਾਂਦਾ, ਖਾਓ ਦੁਆਰ ਤੇ ਦੁਆਰ ਤੋਂ ਖਾ ਕੇ ਦੇਖੋ, ਤੰਗ ਹੋ ਤੇ ਨੋਟ ਕਰੋ। ਬੜਾ ਅਜੀਬ ਆ, ਤੰਗ ਹੋਣਾ ਕਿਉਂ ਆ? ਤੁਸੀਂ ਗੋਭੀ ਖਾਧੀ, ਪੇਟ ਖਰਾਬ ਹੋਇਆ। ਸਹਿਜ ਸਵਾਰ ਰੁਪਿੰਦਰ ਮੈਮ ਜਿਹੜਾ ਆਪਾਂ ਆਫ ਦੀ ਕੈਮਰਾ ਡਿਸਕਸ ਕਰ ਰਹੇ ਸੀ, ਤੁਸੀਂ ਇੱਕ ਦਿਨ ਫਰੈਂਡ ਕੋਲੇ ਗਏ, ਉੱਥੇ ਗੋਭੀ ਖਾਧੀ, ਤੁਹਾਨੂੰ ਸ਼ੱਕ ਹੋਇਆ ਵੀ ਮੇਰਾ ਪੇਟ ਖਰਾਬ ਹੋਇਆ, ਬਟ ਹੋਇਆ ਨਹੀਂ। ਬਿਲਕੁਲ। ਇੱਕ ਦਿਨ ਤੁਸੀਂ ਵਿਆਹ ਚ ਗਏ ਸੀ, ਯਾਦ ਚੇਤੇ ਵੀ ਨਹੀਂ ਸੀਗਾ, ਬਿਜ਼ੀ ਸੀ ਫਰੈਂਡਸ ਨਾਲ, ਇੰਜੋਏ ਕਰ ਰਹੇ ਸੀ, ਗੋਭੀ ਖਾਧੀ, ਉਦਨ ਵੀ ਤੁਹਾਨੂੰ ਲੱਗਿਆ ਪੇਟ ਖਰਾਬ ਹੋ ਰਿਹਾ, ਤਾਂ ਇਹ ਕਲੀਅਰ ਸਾਈਨ ਆ ਵੀ ਤੁਹਾਨੂੰ ਗੋਭੀ ਸੈੱਟ ਨਹੀਂ ਬਹਿ ਰਹੀ। ਬਿਲਕੁਲ। ਹੋ ਸਕਦਾ ਵਿਆਹ ਚ ਵਧੀਆ ਮਾਹੌਲ ਨਾ ਬਣੀ ਹੋਵੇ, ਹੋ ਸਕਦਾ ਫਰੈਂਡ ਨੇ ਵੀ ਉਹ ਗੁੱਡ ਨਾ ਬਣਾਈ ਹੋਵੇ। ਘਰੇ ਤਾਂ ਆਪਾਂ ਧਿਆਨ ਰੱਖਦੇ ਹਾਂ ਵੀ ਹਰ ਚੀਜ਼ ਪੂਰੇ ਪ੍ਰੋਪਰ ਨਿਊਟ੍ਰੀਸ਼ੀਅਸ ਵੈਲਿਊ ਨਾਲ ਬਣਾਉਣੇ ਆ, ਤਿੰਨਾਂ ਵਾਰੀ ਚ ਜੇ ਉਹ ਗੋਭੀ ਸੈੱਟ ਨਹੀਂ ਬਹਿ ਰਹੀ ਤਾਂ ਕਲੀਅਰ ਕੱਟ ਆ, ਤੁਸੀਂ ਅਲਰਜਿਕ ਹੋ, ਕਿ ਤੁਹਾਨੂੰ ਇਹ ਫੂਡ ਸਹੀ ਨਹੀਂ ਆ ਤੁਹਾਡੇ ਲਈ। ਉਹਨੂੰ ਨੋਟ ਕਰ ਲਓ, ਐਦਾਂ ਦੇ 5-7 ਖਾਣੇ, 5-7 ਫੂਡ ਖਾਣੇ ਤੁਹਾਨੂੰ ਮਹੀਨੇ ਚ ਰਿਪੀਟ ਹੋ ਜਾਣਗੇ। ਉਹਨੂੰ ਰੀਕਰੰਟ ਇੰਟਰੋਡਿਊਸ ਕਰਕੇ ਦੇਖੋ ਤੇ ਕੱਢੀ ਚੱਲੋ। ਮੰਨ ਲਓ 5 ਚੀਜ਼ਾਂ ਤੋਂ ਬਾਅਦ ਤੰਗ ਹੁੰਦੇ ਹੋ, ਆਉਣ ਵਾਲੇ 6 ਮਹੀਨਿਆਂ ਚ ਆਪਦੀ ਡਾਈਟ ਚੋਂ ਕੱਢ ਦਿਓ, ਸਹੀ 6 ਮਹੀਨਿਆਂ ਬਾਅਦ ਇੱਕ ਇੱਕ ਫੂਡ ਨੂੰ ਰੀਇੰਟਰੋਡਿਊਸ ਕਰਕੇ ਦੇਖੋ, ਤੁਹਾਨੂੰ ਤਕਰੀਬਨ 5-3 ਫੂਡ ਪਚਣੇ ਸ਼ੁਰੂ ਹੋ ਜਾਣਗੇ। ਦੂਜੀ ਚੀਜ਼, ਅਦਰਕ ਲਸਣ ਤੇ ਪਿਆਜ਼ ਸਬਜ਼ੀ ਚ ਬਰੀਕ ਕੱਟ ਕੇ ਇਸਤੇਮਾਲ ਕਰੋ, ਇਹਨੂੰ ਗ੍ਰਾਇੰਡ ਨਾ ਕਰੋ। ਉਹਦਾ ਕੀ ਕਰਨ? ਜਦੋਂ ਮਸਾਲਾ ਫਾਰਮ ਧਾਰ ਲੈਂਦਾ ਤਾਂ ਉਹਨੇ ਤਕਰੀਬਨ ਤੁਹਾਨੂੰ ਬਲੋਟਿੰਗ ਕਰਨੀ ਹੈ। ਉਹਨੂੰ ਇੰਨਾ ਕੁ ਬਰੀਕ ਕੱਟੋ ਵੀ ਉਹ ਬਹੁਤ ਜ਼ਿਆਦਾ ਮਸਾਲਾ ਗ੍ਰੇਵੀ ਨਾ ਬਣੇ। ਜਦੋਂ ਗ੍ਰੇਵੀ ਬਣਦੀ ਆ ਤਾਂ ਯੂਜਲੀ ਉਹ IBS ਦੇ ਪੇਸ਼ੈਂਟਸ ਨੂੰ ਤੰਗ ਕਰਦੀ ਆ। ਅੱਛਾ ਜੀ। ਤੀਜੀ ਚੀਜ਼ ਆ ਜੂਸ, ਕੋਲਡ ਡਰਿੰਕਸ, ਮੈਦਾ, ਨਮਕੀਨ, ਬਿਸਕੁਟ, ਭੁਜੀਆ, ਤਲੀਆਂ ਚੀਜ਼ਾਂ, ਬੇਹੀਆਂ ਖੁਰਾਕਾਂ ਨੂੰ ਆਪਦੀ ਡਾਈਟ ਚੋਂ ਕੱਢ ਦਿਓ ਬਾਹਰ। ਜਿਹੜਾ ਮੈਂ 4 ਸਬਜ਼ੀਆਂ ਦਾ ਨਿਚੋੜ ਕੱਢਿਆ, ਜਿਹੜਾ ਤਕਰੀਬਨ 100-90 ਪੇਸ਼ੈਂਟਸ ਨੂੰ IBS ਚ ਤੰਗ ਕਰਦਾ, ਉਹ ਹੈ ਗੋਭੀ, ਅਰਬੀ, ਫਲੀਆਂ, ਸ਼ਿਮਲਾ ਮਿਰਚ। ਇਹ 4 ਸਬਜ਼ੀਆਂ। ਇਹਦਾ ਕਾਰਨ ਕੀ ਹੈ ਮੈਮ? ਇਹ ਥੋੜੀਆਂ ਜਿਹੀ ਐਸਿਡਿਕ ਇਨ ਨੇਚਰ ਆ ਸਬਜ਼ੀਆਂ, ਤਾਂ ਬੋਡੀ ਚ ਐਸਿਡ ਦੀ ਮਾਤਰਾ ਨੂੰ ਵਧਾ ਦਿੰਦੀਆਂ, ਉਹ ਵਧਣ ਕਰਕੇ ਪੇਟ ਚ ਗੈਸ ਫਾਰਮੇਸ਼ਨ ਹੁੰਦੀ ਹੈ ਤੇ ਪੇਸ਼ੈਂਟ ਤੰਗ ਹੁੰਦਾ। ਹਾਂਜੀ। ਹੁਣ ਹੋ ਸਕਦਾ ਕਮੈਂਟ ਬਾਕਸ ਚ ਕਮੈਂਟ ਆਉਣ, ਖਾਣ ਲਈ ਬਚਿਆ ਕੀ? ਸਬਜ਼ੀਆਂ ਬਹੁਤ ਤਰ੍ਹਾਂ ਦੀਆਂ ਪਈਆਂ, ਕੱਦੂ, ਤੋਰੀ, ਟਿੰਡੋ, ਬੀਨਸ, ਹਜ਼ਾਰਾਂ ਤਰ੍ਹਾਂ ਦੀਆਂ ਚੀਜ਼ਾਂ ਫੂਡ ਦੇ ਵਿੱਚ ਹੈਗੀਆਂ, ਬਟ ਕਈ ਵਾਰੀ ਆਪਾਂ ਇੱਕ ਸਰਟਨ ਫੂਡ ਦਾ ਟੇਸਟ ਹੀ ਨਹੀਂ ਬਣਾਉਂਦੇ। ਜਿਵੇਂ ਬਹੁਤ ਲੋਕਾਂ ਨੂੰ ਬੈਂਗਣ ਦਾ ਪੜਥਾ ਨਹੀਂ ਪਸੰਦ, ਬਟ ਬੈਂਗਣ ਹੈ ਤਾਂ ਬਹੁਤ ਵਧੀਆ ਸਬਜ਼ੀ, ਕਈਆਂ ਨੂੰ ਪੇਠਾ ਨਹੀਂ ਪਸੰਦ, ਪਰ ਜੇ ਤੁਸੀਂ ਉਹਨੂੰ ਟੇਸਟ ਹੀ ਨਹੀਂ ਕਰੋਗੇ ਫਿਰ ਤੁਸੀਂ ਉਹਦਾ ਟੇਸਟ ਕਿਵੇਂ ਡਿਵੈਲਪ ਕਰੋਗੇ? ਤੁਹਾਨੂੰ 5-7 ਵਾਰੀ ਖਾਣ ਤੋਂ ਬਾਅਦ ਵੀ ਨਹੀਂ ਸਵਾਦ ਲੱਗਦੀ, ਫਿਰ ਆਪਾਂ ਕਹਿ ਸਕਦੇ ਹਾਂ ਵੀ ਤੁਹਾਡਾ ਇੰਡੀਵਿਜੁਅਲ ਟੇਸਟ ਹੋ ਸਕਦਾ। ਮੇਰੇ ਅਕੋਰਡਿੰਗ ਹਰ ਫੂਡ ਨੂੰ ਟੇਸਟ ਕਰੋ, ਡਿਫਰੈਂਟ ਤਰ੍ਹਾਂ ਦੇ ਖਾਣੇ ਵੀ ਇੰਜੋਏ ਕਰੋ। ਪੰਜਾਬੀ ਆ ਡੋਸੇ ਨੂੰ ਸਾਈਡ ਤੇ ਕਰ ਦਿੰਦੇ, ਨਾ ਜੀ ਅਸੀਂ ਤਾਂ ਪੰਜਾਬੀ, ਅਸੀਂ ਤਾਂ ਪਰੌਂਠੇ ਹੀ ਖਾਣੇ ਆ। ਠੀਕ ਹੈ ਤੁਸੀਂ ਪੰਜਾਬੀ ਹੋ, ਇਨ ਬਿਲਟ ਹੋ, ਖਾਓ, ਜਮ ਜਮ ਖਾਓ ਪਰੌਂਠੇ, ਪਰ ਕੀ ਪਤਾ ਤੁਹਾਨੂੰ ਉਧਰੋਂ ਕੁਦਰਤੀ ਫੂਡ ਚੋਂ ਕੁਛ ਵਧੀਆ ਚੀਜ਼ਾਂ ਮਿਲਣ, ਉਹਨਾਂ ਦੇ ਖਾਣੇ ਬਾਰੇ ਵੀ ਸਿੱਖੋਗੇ। ਸਾਊਥ ਦੇ ਲੋਕ ਵੀ ਬਹੁਤ ਪਰੌਂਠੇ ਖਾਂਦੇ ਆ, ਤਾਂ ਜੇ ਆਪਾਂ ਵੀ ਕਿਸੇ ਦਿਨ ਡੋਸਾ ਖਾਵਾਂਗੇ ਤਾਂ ਆਪਾਂ ਨੂੰ ਉਸ ਖਾਣੇ ਬਾਰੇ ਫੂਡ ਦੀ ਡਿਵੈਲਪਮੈਂਟ ਹੋਊਗੀ, ਆਪਾਂ ਉਹਨੂੰ ਇੰਜੋਏ ਕਰਾਂਗੇ। ਤਾਂ ਬਹੁਤ ਸਿੰਪਲ ਚੀਜ਼ਾਂ ਘਰੇਲੂ ਵੀ ਆਪਾਂ ਇੰਜੋਏ ਕਰ ਸਕਦੇ ਹਾਂ। IBS ਦੇ ਵਿੱਚ ਮੂੰਗ ਜਾਂ ਬੇਸਣ ਦਾ ਚੀਲਾ ਅਸੀਂ ਬਣਾ ਸਕਦੇ ਹਾਂ। ਬੇਸਣ ਤਕਰੀਬਨ ਹਰ ਘਰ ਚ ਹੁੰਦਾ, ਮੂੰਗ ਤੁਹਾਡੇ ਬਹੁਤ ਸਰੋਤੇ ਆ ਜਿਹੜੇ ਵਿਚਾਰੇ ਵਧੀਆ ਖਾਣੇ ਨੂੰ, ਮਹਿੰਗੇ ਖਾਣੇ ਨੂੰ ਅਫੋਰਡ ਨਹੀਂ ਕਰ ਪਾਉਂਦੇ। ਤਾਂ ਡਾਈਟੀਸ਼ੀਅਨ ਦਾ ਮਤਲਬ ਮਹਿੰਗਾ ਫੂਡ ਦੱਸਣਾ ਨਹੀਂ ਆ, ਬਿਲਕੁਲ ਘਰੇਲੂ ਨੁਸਖੇ ਦੱਸਣੇ ਨੇ। ਹੁਣ ਤਾਂ ਮੂੰਗ ਦਾ ਆਟਾ ਵੀ ਮਿਲ ਜਾਂਦਾ, ਮੂੰਗ ਦਾ, ਹਾਂ ਮੂੰਗ ਦਾ, ਤਾਂ ਉਹਦਾ ਚੀਲਾ ਬਣਾ ਕੇ ਖਾ ਸਕਦੇ ਹੋ। ਚੀਲਾ ਇੱਕ ਪਰੌਂਠਾ ਵਰਡ ਆ, ਬਸ ਇੰਨਾ ਹੈਗਾ ਵੀ ਉਹਨੂੰ ਤੁਸੀਂ ਤਵੇ ਤੇ ਇੱਕ ਡੋਸੇ ਦੇ ਫਾਰਮ ਚ ਬਣਾਉਣਾ, ਉਹ ਬਣਾ ਸਕਦੇ ਹੋ। ਬੇਸਣ ਦਾ ਚੀਲਾ ਬਣਾ ਸਕਦੇ ਹੋ, ਪੁੰਗਰੀਆਂ ਦਾਲਾਂ, ਸਪਰਾਊਟਸ, ਅੰਕੁਰਿਤ ਦਾਲਾਂ। ਮੈਂ ਬਹੁਤ ਪੋਡਕਾਸਟ ਪਹਿਲਾਂ ਵੀ ਡਿਸਕਸ ਕੀਤਾ ਵੀ ਜਿਹੜਾ ਪੁੰਗਰੀ ਦਾਲਾਂ ਦਾ ਪਰੌਂਠਾ, ਉਹ ਪਨੀਰ ਦੇ ਪਰੌਂਠੇ ਤੋਂ 500 ਟਾਈਮ ਜ਼ਿਆਦਾ ਤਾਕਤਵਰ ਆ, ਉਹ ਚ ਤਾਕਤ ਬਹੁਤ ਆ, ਉਹ ਬਣਾ ਸਕਦੇ ਹੋ। ਫੁੱਲ ਮਖਾਣਿਆਂ ਨੂੰ ਆਪਦੀ ਡਾਈਟ ਚ ਇੰਟਰੋਡਿਊਸ ਕਰ ਸਕਦੇ ਹੋ। ਮਗਜ਼ ਆ, ਚਾਰੋ ਤਰ੍ਹਾਂ ਦੇ ਮਗਜ਼ ਲਿਆ ਕੇ ਰੱਖ ਸਕਦੇ ਹੋ, ਨਹੀਂ ਅਫੋਰਡ ਕਰਦੇ, ਭੁੱਜੇ ਛੋਲੇ ਵੀ ਥੋੜੀ ਬਹੁਤ ਮਾਤਰਾ ਚ ਖਾ ਸਕਦੇ ਹੋ। ਭੁੱਜੇ ਛੋਲੇ ਗੈਸ ਬਣਾਉਂਦੇ ਆ, ਤੰਗ ਕਰਦੇ ਆ, ਮੱਕੀ ਦੇ ਦਾਣੇ ਖਾ ਸਕਦੇ ਹੋ। ਤਾਂ ਚੀਜ਼ਾਂ ਬਹੁਤ ਆ, ਤੁਹਾਡਾ ਨਜ਼ਰੀਆ ਚਾਹੀਦਾ। ਚੀਜ਼ ਮਹਿੰਗੀ ਜਾਂ ਸਸਤੀ ਨਹੀਂ ਹੁੰਦੀ, ਚੀਜ਼ ਹੁੰਦੀ ਹੈ ਵੀ ਤੁਹਾਨੂੰ ਚੰਗੀ ਜਾਂ ਮਾੜੀ, ਚੰਗੀ ਜਾਂ ਮਾੜੀ ਵੀ ਉਹ ਤੁਹਾਡੀ ਫੂਡ ਵੈਲਿਊ ਕੀ ਆ। ਸਹੀ ਗੱਲ। ਹੁਣ ਮੈਂ ਸੇਬ ਲਿਖਾਉਣਾ ਡਾਈਟ ਦੇ ਵਿੱਚ, ਤਾਂ ਕਿਤੇ ਨਾ ਕਿਤੇ ਮੇਰਾ ਕਸੂਰ ਨਹੀਂ ਆ ਵੀ ਉਹ 250 ਰੁਪਏ ਕਿਲੋ ਆ। ਠੀਕ ਆ, ਉਹ ਕੁਦਰਤ ਨੇ ਜਾਂ ਆਮ ਬੰਦੇ ਨੇ ਉਹਨੂੰ ਮਹਿੰਗਾ ਕਰਤਾ,
ਤਾਂ ਜਿਹੜੇ ਸੇਬ ਦੇ ਫਾਇਦੇ ਆ ਅਮਰੂਦ ਦੇ ਨਾਲੋਂ ਨਾਲ ਹੋ ਸਕਦੇ ਆ, ਤਾਂ ਅਮਰੂਦ ਹਰੇਕ ਦੀ ਪਹੁੰਚ ਚ ਹੋ ਸਕਦਾ, ਪਰ ਅੱਜ ਕੱਲ ਤਾਂ ਅਮਰੂਦ ਤੇ ਸੇਬ ਇੱਕੋ ਜਿਹੇ ਰੇਟ, ਇੱਕੋ ਰੇਟ ਤੇ ਹੋ ਗਿਆ। ਤਾਂ ਤੁਸੀਂ ਜੇਬ ਜਿੰਨੀ ਤੁਹਾਡੀ ਇਜਾਜ਼ਤ ਦਿੰਦੀ ਆ ਤਾਂ ਫੂਡ ਦੀ ਵੈਲਿਊ ਸਮਝ ਕੇ ਤੁਸੀਂ ਨੀਚੇ ਕਮੈਂਟ ਬਾਕਸ ਚ ਮੈਥੋਂ ਪੁੱਛ ਸਕਦੇ ਹੋ। ਤਾਂ ਇਹ ਸਾਰੇ ਖਾਣਿਆਂ ਨੂੰ, ਕੁਛ ਖਾਣਿਆਂ ਨੂੰ ਕੱਢ ਕੇ, ਕੁਛ ਨੂੰ ਇੰਟਰੋਡਿਊਸ ਕਰਕੇ ਵਿੱਚ ਡਾਈਟ ਦੇ ਲਿਆ ਕੇ ਤੁਸੀਂ IBS ਨੂੰ ਹਮੇਸ਼ਾ ਲਈ ਬਾਏ ਬਾਏ ਕਹਿ ਸਕਦੇ ਹੋ। ਕੀ ਜਿਹੜਾ ਸੰਗ੍ਰਹਿਣੀ ਦਾ ਮਰੀਜ਼ ਆ ਉਹਨੂੰ ਦੁੱਧ ਵਗੈਰਾ ਵੀ ਘੱਟ ਪੀਣਾ ਚਾਹੀਦਾ? ਮਿਲਕ ਇਨਟੋਲਰੈਂਸ ਯੂਜੁਅਲੀ ਇਹਦੇ ਚ ਰਹਿੰਦੀ ਆ, ਪਰ ਮੈਂ ਬਹੁਤ ਸਾਰੇ ਪੇਸ਼ੈਂਟਸ ਨੂੰ ਦੇਖਿਆ ਜਦੋਂ ਦਹੀਂ ਤੇ ਲੱਸੀ ਪੀਂਦੇ ਆ, ਦਹੀਂ ਖਾਂਦੇ ਆ ਤੇ ਲੱਸੀ ਪੀਂਦੇ ਆ ਤਾਂ ਉਹਨਾਂ ਨੂੰ ਦਿੱਕਤ ਘੱਟ ਆਉਂਦੀ ਆ, ਜਦੋਂ ਦੁੱਧ ਪੱਤੀ ਪਾ ਕੇ ਪੀਂਦੇ ਆ ਦਿੱਕਤ ਘੱਟ ਆਉਂਦੀ ਆ, ਜਦੋਂ ਦੁੱਧ ਸਿੱਧਾ ਪੀਂਦੇ ਆ ਉਦੋਂ ਦਿੱਕਤ ਆਉਂਦੀ ਆ। ਤਾਂ ਉਹੀ ਰੂਲ ਆ, ਹਿੱਟ ਐਂਡ ਟ੍ਰਾਇਲ, ਦੁੱਧ ਚ ਹਲਦੀ ਪਾਉਣ ਤੋਂ ਬਾਅਦ ਉਹਨਾਂ ਨੂੰ ਦਿੱਕਤ ਨਹੀਂ ਆਉਂਦੀ, ਸਿੱਧਾ ਦੁੱਧ ਪੀਂਦੇ ਆ ਦਿੱਕਤ ਆਉਂਦੀ ਆ, ਜਦੋਂ ਲੱਸੀ ਪੀਂਦੇ ਆ ਦਿੱਕਤ ਨਹੀਂ ਆਉਂਦੀ, ਦਹੀਂ ਖਾਂਦੇ ਆ ਨਹੀਂ ਆਉਂਦੀ। ਤੇ ਪੇਸ਼ੈਂਟ ਟੂ ਪੇਸ਼ੈਂਟ ਫਰਕ ਪੈਂਦਾ ਕਿਉਂਕਿ ਹਰ ਸਰੀਰ ਦੀ ਅਨਾਟਮੀ ਅਲੱਗ ਅਲੱਗ ਆ। ਮੈਂ ਸ਼ਾਇਦ ਆਪਾਂ ਲਾਸਟ ਪੋਡਕਾਸਟ ਡਿਸਕਸ ਕੀਤਾ ਸੀ, ਇੱਕੋ ਸਬਜ਼ੀ ਜਾਂ ਇੱਕੋ ਦਾਲ ਘਰੇ ਇੱਕੋ ਮਾਹੌਲ ਚ ਬਣਾਈ ਆ, ਇੱਕ ਨੂੰ ਸੈੱਟ ਪੈਂਦੀ, ਇੱਕ ਨੂੰ ਨਹੀਂ ਪੈਂਦੀ। ਕੀ ਸਾਨੂੰ ਮਤਲਬ ਡਾਇਟੀਸ਼ੀਅਨ, ਸਾਈਕੋਲੋਜਿਸਟ ਤੇ ਨਾਲ ਦੀ ਨਾਲ ਗੈਸਟਰੋ ਦੇ ਡਾਕਟਰ ਨੂੰ ਵੀ ਮਿਲਣਾ ਚਾਹੀਦਾ ਕਿਉਂਕਿ ਜਦੋਂ ਇਹਦੇ ਚ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਉਹ ਕਹਿੰਦੇ ਵੀ ਤੁਹਾਡੇ ਅੰਦਰ ਸਵੈਲਿੰਗ ਤੇ ਜ਼ਖਮ ਹੋ ਜਾਂਦੇ ਆ, ਕਿ ਉਹ ਵੀ ਸਿਰਫ ਫੂਡ ਨਾਲ ਹੀ ਸਹੀ ਹੋ ਸਕਦੇ ਆ ਜਾਂ ਸਾਨੂੰ ਡਾਕਟਰ ਤੱਕ ਵੀ ਜਾਣਾ ਚਾਹੀਦਾ? ਮੈਮ ਜੇ ਤਾਂ ਹੋਇਆ ਇਨਫੈਕਸ਼ਨ ਕਰਕੇ, ਮੰਨ ਲਓ ਜਿਵੇਂ ਕੋਰੋਨਾ ਦੇ ਟਾਈਮ ਜਾਂ ਕੋਵਿਡ ਦੇ ਟਾਈਮ ਅਸੀਂ ਦੇਖਿਆ ਵੀ ਪੇਸ਼ੈਂਟਸ ਨੂੰ ਇਨਫੈਕਸ਼ਨਾਂ ਹੋਈਆਂ ਜਾਂ ਸਾਈਕੋਲੋਜੀਕਲੀ ਉਹਨਾਂ ਨੂੰ ਇਸ ਚੀਜ਼ ਤੋਂ ਗੁਜ਼ਰੇ ਜੋ ਵੀ ਕਾਰਨ ਲਾ ਲਓ, ਤਾਂ ਬਾਅਦ ਚ ਉਹਨਾਂ ਨੂੰ IBS ਬਣ ਗਈ। ਹਾਂਜੀ, ਜੇਕਰ ਟੈਸਟਾਂ ਚ ਕੁਛ ਨਹੀਂ ਆਉਂਦਾ ਤਾਂ ਤਕਰੀਬਨ ਇਹਦਾ ਮੁੱਢਲਾ ਇਲਾਜ ਡਾਇਟੀਸ਼ੀਅਨ ਤੇ ਸਾਈਕੋਲੋਜਿਸਟ ਆ। ਜੇਕਰ ਇਨਫੈਕਸ਼ਨ ਜ਼ਿਆਦਾ ਵੱਧ ਚੁੱਕੀ ਆ, ਤੁਹਾਡੀ CRP ਇੱਕ ਬਲੱਡ ਟੈਸਟ ਆ ਉਹ ਰੇਜ਼ਡ ਆਉਂਦੀ ਆ, ਜਾਂ ਤੁਹਾਡਾ ਬੇਸਿਕਲੀ ਅਸੀਂ CRP ਦੇ ਨਾਲ ਕਹਿ ਦਿੰਦੇ ਆ ਵੀ ਹੋਰ ਕੋਈ ਦਿੱਕਤ ਬਲੱਡ ਟੈਸਟ ਚ ਆ ਰਹੀ ਆ, ਤਾਂ ਗੈਸਟਰੋ ਦੇ ਡਾਕਟਰ ਨੂੰ ਪਹਿਲਾਂ ਦਿਖਾਓ, ਉਹ ਆਟੋਮੈਟਿਕਲੀ ਤੁਹਾਨੂੰ ਡਾਇਟੀਸ਼ੀਅਨ ਤੇ ਸਾਈਕੋਲੋਜਿਸਟ ਕੋਲੇ ਭੇਜ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਲੰਬਾ ਟਾਈਮ ਇਹਦਾ ਇਲਾਜ ਦਵਾਈਆਂ ਚ ਨਹੀਂ ਆ। ਓਕੇ, ਕਿਉਂਕਿ ਬ੍ਰੇਨ ਰਿਲੈਕਸੇਸ਼ਨ ਦੀਆਂ ਦਵਾਈਆਂ ਜ਼ਿਆਦਾਤਰ ਇਹ ਚੈਂਡ ਤੇ ਪਾਈਆਂ ਜਾਂਦੀਆਂ ਕਿਉਂਕਿ ਪੇਸ਼ੈਂਟ ਦੀ ਨੌਬਤ ਇੱਥੋਂ ਤੱਕ ਆ ਜਾਂਦੀ ਹੈ, ਬਹੁਤ ਜ਼ਿਆਦਾ ਵਰਿਡ ਹੋਣ ਲੱਗ ਜਾਂਦੇ ਆ, ਬਹੁਤ ਜ਼ਿਆਦਾ ਬੋਝ ਰੱਖਣ ਲੱਗ ਜਾਂਦੇ ਆ, ਤਾਂ ਉੱਥੇ ਕਹਾਣੀ ਉਹ ਡਾਕਟਰ ਸਮਝ ਜਾਂਦੇ ਆ ਵੀ ਇਹ ਦਵਾਈ ਨਾਲ ਹੱਲ ਨਹੀਂ ਹੋਣਾ, ਇਹਨਾਂ ਨੂੰ ਕਾਉਂਸਲਿੰਗ ਤੇ ਡਾਈਟ ਦੀ ਲੋੜ ਆ। ਪਰ ਜੇਕਰ ਪੇਸ਼ੈਂਟ ਪਹਿਲਾਂ ਹੀ ਡਾਇਟੀਸ਼ੀਅਨ ਤੇ ਸਾਈਕੋਲੋਜਿਸਟ ਨੂੰ ਮਿਲ ਲੇ ਤਾਂ ਸ਼ਾਇਦ ਗੈਸਟਰੋ ਨੂੰ ਕੋਲੇ ਜਾਣ ਦੀ ਉਹਨਾਂ ਨੂੰ ਇੰਨੀ ਲੋੜ ਨਹੀਂ ਪੈਣੀ। ਪਰ ਸਮਝਣ ਦੀ ਇਹ ਲੋੜ ਆ ਵੀ ਜੇ ਤਾਂ ਇਨਫੈਕਸ਼ਨ ਆ, ਬਲੱਡ ਆਉਣ ਲੱਗ ਗਿਆ ਟਾਇਲਟ ਚੋਂ, ਤਾਂ ਕਹਾਣੀ ਗੜਬੜ ਆ, ਫਿਰ ਆਬਵੀਅਸਲੀ ਤੁਹਾਡੀ ਕੋਲਨੋਸਕੋਪੀ, ਐਂਡੋਸਕੋਪੀ ਜੋ ਵੀ ਪ੍ਰੋਸੀਜਰ ਆ ਉਹ ਚੈੱਕ ਕਰਕੇ ਤੁਹਾਨੂੰ ਪ੍ਰੋਪਰ ਦਵਾਈ ਪਾਉਣਗੇ। ਪਰ ਜੇਕਰ ਸਿੰਪਟਮ ਇਹੀ ਆ, ਜਨਰਲ ਜੇ ਸਿੰਪਟਮ ਹੀ ਆ ਵੀ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ, ਆਪਾਂ ਰਿਪੀਟ ਕਰ ਦਿੰਦੇ ਹਾਂ ਤੁਹਾਡੇ ਮਨ ਚ ਤੋਂ, ਪੇਟ ਫੁੱਲਿਆ, ਖਾਣਾ ਖਾਣ ਤੋਂ ਬਾਅਦ ਵਾਰੀ ਵਾਰੀ ਟੋਇਲਟ ਆਉਂਦੀ ਆ, ਤਾਂ ਡਕਾਰ ਆਉਂਦੇ ਆ ਖੱਟੇ ਪੈਂਦੇ, ਐਸਿਡਿਟੀ ਬਣਦੀ ਆ, ਤਾਂ ਸਾਰੇ ਦੇ ਸਾਰੇ ਸਿੰਪਟਮ ਡਾਇਟੀਸ਼ੀਅਨ ਹੱਲ ਕਰ ਸਕਦੇ ਆ। ਪਰ 98% ਜਿਹੜਾ ਇਹਨਾਂ ਨੂੰ ਚੜ੍ਹਦੀ ਕਲਾ ਚ ਕਰਨ ਵਾਲਾ ਰੋਲ ਆ ਉਹ ਮਨੋਵਿਗਿਆਨਿਕ ਕਰਨਗੇ, ਪਰ 100% ਇਲਾਜ ਡਾਈਟ ਦਾ ਡਾਈਟੀਸ਼ੀਅਨ ਦੇ ਥਰੂ ਹੀ ਹੋਊਗਾ, ਤਾਂ ਸਾਨੂੰ ਦੋਨਾਂ ਨੂੰ ਰਲ ਕੇ ਚੱਲਣਾ ਪਊਗਾ। ਹਾਂਜੀ, ਜੇ ਆਪਾਂ ਇਸ ਪ੍ਰੋਬਲਮ ਨੂੰ ਨਜ਼ਰਅੰਦਾਜ਼ ਕਰਦੇ ਆ, ਜਿਵੇਂ ਮੈਂ ਕਿਸੇ ਨੂੰ ਜਾਣਦੀ ਆ, ਜਦੋਂ ਮੈਂ ਜਿਵੇਂ ਤੁਹਾਨੂੰ ਕਿਹਾ ਮੈਨੂੰ 3-4 ਸਾਲ ਪਹਿਲਾਂ ਹੀ ਪਤਾ ਚੱਲਿਆ ਸੀ, ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਨੂੰ ਪਿਛਲੇ 15 ਸਾਲ ਤੋਂ ਹੈਨਾ, ਤੇ ਜੇ ਆਪਾਂ ਇਸ ਪ੍ਰੋਬਲਮ ਨੂੰ ਨਜ਼ਰਅੰਦਾਜ਼ ਕਰ ਰਹੇ ਆ ਕਿ ਐਵੇਂ ਦੀ ਸਟੇਜ ਆ ਸਕਦੀ ਹੈ, ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਕਿ ਲੋਕ ਸਰਜਰੀ ਤੱਕ ਵੀ ਪਹੁੰਚ ਜਾਂਦੇ ਨੇ ਹੈਨਾ, ਕਿਉਂਕਿ ਉਹਨਾਂ ਦੀ ਜਿਹੜੀ ਵੱਡੀ ਆਂਤੜੀ ਹੁੰਦੀ ਆ ਤਾਂ ਉਹਦੇ ਚ ਬਹੁਤ ਸਾਰੇ ਜ਼ਖਮ ਹੋ ਕੇ ਕਹਿੰਦੇ ਵੀ ਉਹ ਗਿੱਠ ਡੇਟ ਤੱਕ ਗਲ ਵੀ ਜਾਂਦੀ ਆ ਕਈ ਵਾਰੀ, ਤਾਂ ਇਦਾਂ ਹੁੰਦਾ ਹੈ? ਨਹੀਂ ਮੈਮ, IBS ਚ ਇਦਾਂ ਦੀ ਕੋਈ ਦਿੱਕਤ ਨਹੀਂ ਆਉਂਦੀ, ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਉਹ ਕਿਤੇ ਨਾ ਕਿਤੇ ਅਲਸਰੇਟਿਵ ਕੋਲਾਈਟਸ ਹੁੰਦਾ, ਓਕੇ, ਉਹ ਇਦੋਂ ਗਾਂ ਵਾਲੀ ਸਟੇਜ ਆ, ਫਿਰ ਇਹ IBD ਆ ਜਿਹਨੂੰ ਇਰੀਟੇਬਲ ਬਾਊਲ ਡਿਜ਼ੀਜ਼ ਕਹਿੰਦੇ ਆ। ਤਾਂ IBS ਵਾਲਾ ਬੰਦਾ ਆਪਦੀ ਜ਼ਿੰਦਗੀ ਪੂਰੀ ਮਜ਼ੇ ਨਾਲ, ਪੂਰੀ ਤੰਦਰੁਸਤੀ ਨਾਲ ਜਿਉਂ ਸਕਦਾ ਜੇ ਉਹ ਚੜ੍ਹਦੀ ਕਲਾ ਚ ਹੋ ਜੇ ਤੇ ਡਾਈਟ ਦਾ ਰੱਖੇ ਧਿਆਨ। ਜੇ ਉਹ ਕਹਾਣੀ ਇਦੋਂ ਉੱਪਰ ਵਿਗੜ ਚੁੱਕੀ ਆ, ਬਲੱਡ ਆਉਣਾ ਸ਼ੁਰੂ ਹੋ ਗਿਆ, ਮਿਊਕਸ ਆ ਰਿਹਾ ਟਾਇਲਟ ਦੇ ਵਿੱਚੋਂ, ਸਟੂਲ ਚੋਂ, ਤਾਂ ਉਹ ਦਿੱਕਤ ਆ। ਤੇ ਇੰਗਲਿਸ਼ ਸੀਟ ਜਾਂ ਫਿਰ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਦੇਸੀ ਜਿਹੜੀ ਸੀਟ ਆਪਣੀ ਟਾਇਲਟ ਦੀ ਆ, ਉਹਦਾ ਵੀ ਕੋਈ ਮੇਜਰ ਇਹਦੇ ਵਿੱਚ ਰੋਲ ਹੈ? ਬਹੁਤ ਜ਼ਿਆਦਾ ਰੋਲ ਆ ਮੈਮ। ਹੁਣ ਉਦਾਹਰਨ ਦੇ ਤੌਰ ਤੇ ਆਪਾਂ ਅੰਗਰੇਜ਼ੀ ਸੀਟ ਤੇ ਤਕਰੀਬਨ ਇਸ ਪੋਜੀਸ਼ਨ ਤੇ ਬਹਿੰਦੇ ਆ ਜ਼ਿਆਦਾਤਰ ਬਜ਼ੁਰਗਾਂ ਨੂੰ, ਮੈਂ ਇਦਾਂ ਪੋਜੀਸ਼ਨਸ ਦੇ ਵਿੱਚ ਜਦੋਂ ਰੂਟੀਨ OPD ਚ ਦੇਖਦਾ ਮੈਂ ਪੋਜੀਸ਼ਨ ਪੁੱਛਦਾ ਤਾਂ ਤਕਰੀਬਨ ਇਹ ਦੱਸਦੇ ਆ, ਯੰਗ ਬੰਦਾ ਤਕਰੀਬਨ ਇਦਾਂ ਬਹਿੰਦਾ, ਇਹ ਤਕਰੀਬਨ ਜਿਹੜਾ ਐਂਗਲ ਆ ਉਹ 120 130 ਜਾਂ 100 ਇਦੋਂ ਵੱਧ ਦਾ ਐਂਗਲ, ਜਿਸ ਮੈਥ ਦੇ ਐਂਗਲ ਤੋਂ ਚੱਲੀਏ, ਹਮੇਸ਼ਾ ਜਦੋਂ ਤੁਸੀਂ ਇੰਗਲਿਸ਼ ਸੀਟ ਤੇ ਬਹਿਣਾ ਇਸ ਪੋਜੀਸ਼ਨ ਚ ਬਹਿਣਾ ਜੋ ਕਿ 90 ਡਿਗਰੀ ਦਾ ਐਂਗਲ ਆ। ਜਦੋਂ ਤੁਸੀਂ 90 ਡਿਗਰੀ ਦੇ ਐਂਗਲ ਤੇ ਬੈਠੋਗੇ ਤਾਂ ਰੈਕਟਮ ਜਿਹੜੇ ਏਰੀਏ ਚੋਂ ਸਟੂਲ ਨੇ ਪਾਸ ਹੋਣਾ ਉਹ ਇੱਕ ਵਾਰੀ ਚ ਪੇਟ ਕਲੀਅਰ ਹੋ ਜਾਊਗਾ। ਇਹ ਲਗਭਗ ਇੰਡੀਅਨ ਸੀਟ ਦੀ ਪੋਜੀਸ਼ਨ ਆ ਇਦਾਂ। ਤੁਸੀਂ ਕਈ ਵਾਰੀ ਕਈ ਹੋਟੇਲਸ ਚ ਜਾਂਦੇ ਹੋਵੋਗੇ,
ਤੁਹਾਡਾ ਤੁਸੀਂ ਐਡੀ ਟੂਰਿੰਗ ਰਹਿੰਦੇ ਹੋ, ਪਰਿਵਾਰ ਨਾਲ ਟਰੈਵਲ ਕਰਦੇ ਹੋ, ਬਹੁਤ ਸਾਰੇ ਹੋਟਲਾਂ 'ਚ ਹੁਣ ਉਹ ਇੰਗਲਿਸ਼ ਸੀਟ ਦੇ ਨਾਲ ਪੱਟੜੀ ਦੇਣੀ ਉਹਨਾਂ ਨੇ ਸ਼ੁਰੂ ਕਰਤੀ ਆ, ਕਿਉਂਕਿ ਨੀਚੇ ਜਦੋਂ ਇੱਦਾਂ ਦੇ ਪੇਸ਼ੈਂਟ ਆਉਂਦੇ ਆ ਜਾਂ ਉੱਥੇ ਸਟੇ ਕਰਦੇ ਆ, ਉਹ ਕੰਪਲੇਂਟ ਕਰਦੇ ਆ ਵੀ ਸਾਨੂੰ ਇਹ ਚੀਜ਼ ਚਾਹੀਦੀ ਆ, ਤਾਂ ਮਤਲਬ ਔਰਾ ਉਹ ਬਣਨਾ ਸ਼ੁਰੂ ਹੋ ਗਿਆ, ਕਿਉਂਕਿ ਇੰਗਲਿਸ਼ ਸੀਟ ਬਚਪਨ ਤੋਂ ਆਪਾਂ ਘਰਾਂ 'ਚ ਲਾਤੀ। ਪਰ ਹਜੇ ਵੀ ਮੈਂ ਤੁਹਾਨੂੰ ਕਹਿਣਾ, ਜੇ ਇੰਡੀਅਨ ਸੀਟ ਘਰੇ ਹੈਗੀ ਆ ਉਹਦੇ ਵਰਗਾ ਕੁਛ ਵੀ ਨਹੀਂ, ਕਾਰਨ ਆ ਪੱਟਾਂ ਦਾ ਜ਼ੋਰ, ਪੇਟ ਨੂੰ ਜਦੋਂ ਲੱਗਦਾ ਤਾਂ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ। ਬਿਲਕੁਲ। ਹੋਰ ਕੋਈ ਚੀਜ਼ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਕਲੈਰਿਟੀ ਲਈ ਆਪਾਂ ਲੋਕਾਂ ਨੂੰ ਦੱਸੀਏ, ਹੈ ਨਾ, ਕਿਉਂਕਿ ਹਾਲੇ ਵੀ ਬਹੁਤ ਸਾਰੇ ਲੋਕ ਕਨਫਿਊਜ਼ ਹੋਣਗੇ ਇਸ ਚੀਜ਼ ਨੂੰ ਲੈ ਕੇ, ਉਹਨਾਂ ਨੂੰ ਹਾਲੇ ਵੀ ਇਹੀ ਲੱਗਦਾ ਹੁੰਦਾ ਕਿ ਨਹੀਂ ਸਭ ਤੋਂ ਪਹਿਲਾਂ ਡਾਕਟਰ ਕੋਲ ਜਾਣਾ ਜ਼ਰੂਰੀ ਹੈ ਮੇਰਾ, ਤੇ ਆਪਾਂ ਉਹਨਾਂ ਦੀ ਕਲੈਰਿਟੀ ਲਈ ਕੁਛ ਕੁ ਚੀਜ਼ਾਂ ਦੇ ਵਿੱਚ ਦੱਸਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਮੈਮ ਉਹਨਾਂ ਦੀ ਕਲੈਰਿਟੀ ਲਈ ਮੈਂ ਇਹ ਦੱਸਣਾ ਚਾਹੂੰਗਾ ਵੀ ਸਭ ਤੋਂ ਪਹਿਲਾਂ ਆਪਦੇ ਆਪ ਨੂੰ ਵਿਚਾਰੋ, ਆਪਦੇ ਥੋਟਸ ਨੂੰ ਲਿਖਣਾ ਸ਼ੁਰੂ ਕਰੋ ਇੱਕ ਕਾਪੀ ਤੇ। ਜਦੋਂ ਤੁਸੀਂ ਥੋਟਸ ਨੂੰ ਲਿਖਦੇ ਹੋ ਤੁਹਾਨੂੰ ਇਹ ਪਾਵਰ ਦਾ ਅੰਦਾਜ਼ਾ ਹੀ ਨਹੀਂ ਆ। ਮੰਨ ਲਓ ਤੁਸੀਂ ਥੋਟਸ ਲਿਖੇ 5-6 ਦਿਨ, ਕੀ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਆ ਰਹੀਆਂ, ਤਾਂ ਉਹ ਜੇ ਤੁਸੀਂ ਦੇਖ ਰਹੇ ਹੋ ਵੀ 50 ਚੀਜ਼ਾਂ ਲਿਖੀਆਂ, 45 ਨੈਗੇਟਿਵ ਹੀ ਆ, ਤਾਂ ਉਹ ਵਿਚਾਰਨ ਦੀ ਲੋੜ ਆ ਵੀ ਤੁਹਾਨੂੰ ਮਨੋਵਿਗਿਆਨਿਕ ਦੀ ਲੋੜ ਆ। ਜੇ 50 ਚੋਂ 25 ਪੋਜ਼ਿਟਿਵ ਆ, 25 ਨੈਗੇਟਿਵ ਆ, ਮਨੋਵਿਗਿਆਨਿਕ ਨੂੰ ਸਟਿਲ ਮਿਲਣ ਦੀ ਲੋੜ ਆ। 10 ਨੈਗੇਟਿਵ ਆ, 40 ਪੋਜ਼ਿਟਿਵ ਆ, ਤੁਹਾਡਾ ਸੁਭਾਅ ਕੁਦਰਤੀ ਵਧੀਆ। ਬਟ ਉਹ ਜਿਹੜਾ ਥੋਟ ਆ, ਉਹ ਥੋਟ ਦੇ ਰੂਪ ਚ ਲਿਖਣਾ, ਉਹਨੂੰ ਝੂਠ ਬੋਲ ਕੇ ਨਹੀਂ ਲਿਖਣਾ, ਤਾਂ ਉਹ ਥੋਟਸ ਹੀ ਤੁਹਾਨੂੰ ਦੱਸ ਦੇਣਗੇ ਵੀ ਤੁਹਾਨੂੰ ਦਿਖਾਉਣ ਦੀ ਕਿਹਨੂੰ ਲੋੜ ਆ। ਤਾਂ ਥੋਟਸ ਦਿਮਾਗ ਚ ਹਰ ਰੋਜ਼ ਆਉਂਦੇ ਆ, ਮਨੋਵਿਗਿਆਨਿਕ ਦਾ ਕੰਮ ਆ, ਇਹਨੂੰ ਜ਼ਿਆਦਾ ਬਰੀਕੀ ਨਾਲ ਸਮਝਾ ਪਾਉਣਗੇ। ਪਰ ਜਦੋਂ ਤੁਸੀਂ ਉਹਨੂੰ ਨੋਟ ਡਾਊਨ ਕਰਦੇ ਹੋ ਤਾਂ ਅੱਧਾ ਸੰਗ੍ਰਹਿਣੀ ਦਾ ਹੱਲ ਉੱਥੇ ਹੀ ਹੋ ਜਾਂਦਾ। ਅੱਛਾ। ਦੂਜਾ, ਤੁਸੀਂ ਵਾਚ ਕਰੋ ਵੀ ਕੀ ਤੁਸੀਂ ਬਹੁਤ ਜ਼ਿਆਦਾ ਫੂਡ ਨੂੰ ਲੈ ਕੇ ਵਰਡ ਹੋ। ਮੈਂ ਢਾਬੇ ਤੋਂ ਨਹੀਂ ਜੀ ਖਾਣਾ, ਮੈਂ ਰੇਹੜੀ ਤੋਂ ਨਹੀਂ ਜੀ ਖਾਣਾ, ਜੋ ਆਪਾਂ ਆਫ ਦੀ ਕੈਮਰਾ ਦੇਖ ਰਹੇ ਸੀ, ਮੈਂ ਇਹ ਰਿਫਾਈਂਡ ਤੇਲ ਚ ਬਣਾ ਰਿਹਾ, ਡਾਲਡਾ ਚ ਬਣਾ ਰਿਹਾ, ਠੀਕ ਹੈ, ਤੁਹਾਡੇ ਸਾਰੇ ਪਹਿਲੂ ਸੱਚ ਨੇ। ਤੁਸੀਂ ਡਾਈਟ ਨੂੰ ਲੈ ਕੇ ਕੌਨਸ਼ੀਅਸ ਜਾਂ ਅਵੇਅਰ ਹੋ ਸਕਦੇ ਹੋ, ਪਰ ਉਹਨੂੰ ਲੈ ਕੇ ਵਹਿਮ ਨਹੀਂ ਕਰਨਾ। ਵਹਿਮ ਨਹੀਂ ਕਰਨਾ। ਤਾਂ ਮੈਂ ਨਹੀਂ ਕਹਿੰਦਾ ਵੀ ਢਾਬੇ ਤੋਂ ਖਾਣਾ ਮਾੜਾ, ਪਰ ਹਰ ਰੋਜ਼ ਖਾਣਾ, ਹਫਤੇ ਚ 2-2 ਵਾਰ ਖਾਣਾ, 15 ਦਿਨਾਂ ਬਾਅਦ ਖਾਣਾ, ਉਹ ਇੱਕ ਅਲੱਗ ਚੀਜ਼ ਆ ਜਾਂਦੀ ਆ। ਤਾਂ ਸਭ ਤੋਂ ਪਹਿਲਾਂ ਇਹ ਵਿਚਾਰੋ ਵੀ ਚੀਟ ਮੀਲ ਦੀ ਬਜਾਏ ਇਹ ਸ਼ਬਦ ਸਮਝੋ ਵੀ ਮਹੀਨੇ ਚ ਮੈਂ ਇੱਕ ਦਿਨ ਆਪਦੀ ਸਿਹਤ ਦਾ ਨੁਕਸਾਨ ਕਰਨਾ। ਹੌਲੀ ਹੌਲੀ 2 ਮਹੀਨੇ ਚ ਕਰਨ ਲੱਗ ਜਾਓਗੇ, ਤੁਹਾਡਾ ਮਨ ਦੀ ਰੀਝ ਵੀ ਪੂਰੀ ਹੋ ਜੂਗੀ, ਮੈਂ ਬਾਜ਼ਾਰੀ ਖਾਇਆ ਹੀ ਆ ਜਾਂ ਖਾਣਾ ਚਾਹੁੰਦੀ ਆ ਜਾਂ ਖਾਣਾ ਚਾਹੁੰਦਾ, ਤੇ ਤੁਹਾਨੂੰ ਇਹ ਚੀਜ਼ ਦਿੱਕਤ ਵੀ ਨਹੀਂ ਕਰੂਗੀ। ਪਹਿਲਾਂ ਥੋਟਸ ਲਿਖਣੇ ਆ, ਫਿਰ ਮਨ ਚੋਂ ਡਾਇਟ ਪ੍ਰਤੀ ਡਰ ਕੱਢਣੇ ਆ, ਤੀਜਾ ਵੇਖੀ ਜਾਊਗੀ ਟਾਈਪ ਆਫ ਐਟੀਟਿਊਡ, ਜਿਸ ਕਰਕੇ ਆਪਾਂ ਪੰਜਾਬੀ ਦੁਨੀਆ ਚ ਫੇਮਸ ਆ ਵੀ ਦੇਖੀ ਜਾਊਗੀ। ਜਿੱਦਣ ਤੁਸੀਂ ਦੇਖੀ ਜਾਊਗੀ, ਤੇ ਅੰਗਰੇਜ਼ੀ ਚ ਉਹਨੂੰ ਸ਼ਬਦ ਹੁਣ ਅਸੀਂ ਸ਼ਹਿਰਾਂ ਚ ਕਹਿਣ ਲੱਗੇ ਲੈਟ ਇਟ ਗੋ, ਪੰਜਾਬੀ ਦੇ ਸ਼ਬਦ ਆ, ਅੰਗਰੇਜ਼ੀ ਦੇ ਸ਼ਬਦ ਆ, ਵੀ ਜਾਣ ਦੋ ਇਹਨੂੰ, ਜਾਂ ਆਲ ਇਜ਼ ਵੈਲ ਕਰਨ ਲੱਗ ਗਏ, ਤਾਂ ਤੁਹਾਡੀ ਇਹ ਪ੍ਰੋਬਲਮ 90% ਜਿੱਤੀ ਗਈ। ਮੈਂ ਓਪਨਲੀ ਇਸ ਮੰਚ ਤੋਂ ਕਹਿਣ ਨੂੰ ਤਿਆਰ ਆ, ਮੈਂ ਇਸ ਪ੍ਰੋਬਲਮ ਚੋਂ ਖੁਦ ਗੁਜ਼ਰ ਚੁੱਕਿਆ, ਪਰਸਨਲੀ ਗੁਜ਼ਰ ਚੁੱਕਿਆ, ਤੇ ਮੈਂ ਸਿਰਫ ਤੇ ਸਿਰਫ ਸਾਈਕੋਲੋਜੀ ਦੇ ਥਰੂ ਇਸ ਚੋਂ ਬਾਹਰ ਆਇਆ, ਤੇ ਡਾਇਟ 'ਚ ਧਿਆਨ ਰੱਖ ਕੇ ਇਹ ਚੋਂ ਬਾਹਰ ਆਇਆ, ਮੈਨੂੰ ਇਹ 'ਚ ਕੋਈ ਪ੍ਰੋਬਲਮ ਨਹੀਂ ਆ। ਅੱਜ ਦਾ ਡਾਕਟਰ ਕੱਲ ਦਾ ਮਰੀਜ਼ ਹੋ ਸਕਦਾ, ਤਾਂ ਇਹ ਮੰਚ ਤੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਚਾਹੇ ਮੈਂ ਡਾਇਟੀਸ਼ੀਅਨ ਆ, ਚਾਹੇ ਤੁਸੀਂ ਮੇਰੇ ਸਰੋਤੇ ਹੋ ਤੁਹਾਡੇ ਮੰਚ ਦੇ ਥਰੂ, ਪਲੀਜ਼ ਕਦੇ ਇਹ ਨਾ ਸਮਝੋ ਵੀ ਮੈਨੂੰ ਕਦੇ ਪ੍ਰੋਬਲਮ ਨਹੀਂ ਆਉਣੀ। ਇਹ ਚਲਦੀ ਫਿਰਦੀ ਜ਼ਿੰਦਗੀ ਗੱਡੀ ਆ, ਇਹ ਕਿਤੇ ਵੀ ਖੜ ਸਕਦੀ ਆ, ਜੇ ਪ੍ਰੋਬਲਮ ਆਉਂਦੀ ਆ, ਪ੍ਰੋਬਲਮ ਤੇ ਕੰਸੈਂਟਰੇਟ ਨਾ ਕਰੋ, ਸੋਲੂਸ਼ਨ ਤੇ ਕੰਸੈਂਟਰੇਟ ਕਰੋ। ਮੈਂ ਆਫ ਦੀ ਕੈਮਰਾ ਮੈਮ ਦੱਸ ਹੀ ਰਿਹਾ ਸੀ ਵੀ 98% ਲੋਕ ਪ੍ਰੋਬਲਮ ਤੇ ਕੰਸੈਂਟਰੇਟ ਕਰਦੇ ਆ, ਹਾਏ ਮੈਨੂੰ ਸੰਗ੍ਰਹਿਣੀ ਹੋ ਗਈ, ਮੇਰਾ ਕੀ ਬਣੂਗਾ, ਮੇਰਾ ਤਾਂ ਪੇਟ ਹੀ ਖਰਾਬ ਰਹਿੰਦਾ, ਮੈਂ ਤਾਂ ਫੰਕਸ਼ਨ ਹੀ ਨਹੀਂ ਇੰਜੋਏ ਕਰ ਸਕਦੀ। ਮੈਂ ਤਾਂ ਕਿਸੇ ਨੂੰ, ਵਾਕਈ ਲੋਕ ਕਿਸੇ ਨੂੰ ਮਿਲਣ ਗਿਲਣ ਤੋਂ, ਰਿਸ਼ਤੇਦਾਰੀਆਂ ਜਾਂ ਕੋਈ ਇਵੈਂਟ ਅਟੈਂਡ ਕਰਨ ਤੋਂ ਡਰਨ ਲੱਗ ਜਾਂਦੇ। ਮੈਮ ਮੈਂ ਇਹੋ ਜਿਹੇ ਪੇਸ਼ੈਂਟਸ ਦੇਖਿਆ ਜਿਹੜੇ ਟੂਰ ਤੱਕ ਕੈਨਸਲ ਕਰ ਦਿੰਦੇ ਆ ਵੀ ਅਸੀਂ 15 ਜਣੇ ਨੇ ਜਾਣਾ, 14 ਮੇਰੇ ਬਾਰੇ ਕੀ ਸੋਚਣਗੇ, ਮੈਂ ਹਰ ਸਟਾਪ ਤੇ ਕਹੂੰਗੀ ਜਾਂ ਕਹੂੰਗਾ ਮੈਂ ਟਾਇਲਟ ਜਾਣਾ, ਮੈਂ ਖਾਣਾ ਖਾਣ ਤੋਂ ਪਹਿਲਾਂ ਡਰੂੰਗੀ। ਮਤਲਬ ਜਿਹੜਾ ਮੌਕਾ ਕੁਦਰਤ ਨੇ ਉਹਨਾਂ ਨੂੰ ਕੋਲੇ ਬਿਠਾ ਕੇ ਦਿੱਤਾ ਸੀ ਵੀ ਭਾਈ ਜਾ ਘੁੰਮ ਦੁਨੀਆ ਦੇਖ, ਉਹ ਸਿਰਫ ਆਪਦੀ ਪ੍ਰੋਬਲਮ ਨੂੰ ਮੁੱਖ ਰੱਖ ਕੇ ਨਹੀਂ ਜਾ ਰਹੇ। ਤਾਂ ਪਲੀਜ਼ ਡਰਨ ਦੀ ਲੋੜ ਨਹੀਂ, ਜਿੰਦਾ ਦਿਲੀ ਨਾਲ ਆਪਦੀ ਜ਼ਿੰਦਗੀ ਇੰਜੋਏ ਕਰੋ, ਹਰ ਰੋਜ਼ ਘੰਟਾ ਸੈਰ ਕਰੋ। ਡਾਇਟ ਦੇ ਮਾਮਲੇ 'ਚ ਜਿਹੜਾ ਆਪਾਂ ਬੈਕ ਟੂ ਬੇਸਿਕ ਆਉਣੇ ਆ, ਫੂਡ ਸਪਲੀਮੈਂਟਸ ਤੇ ਅੰਨੇ ਵਾਹ ਵਿਸ਼ਵਾਸ ਨਾ ਕਰੋ। ਯਾਕੁਲਟ ਇੱਕ ਪ੍ਰੋਬਾਇਓਟਿਕ ਆਉਂਦਾ, ਫਰਿੱਜ ਦੇ ਸੈਕਸ਼ਨ 'ਚ ਪਿਆ ਹੁੰਦਾ ਕਿਸੇ ਵੀ ਈਜ਼ੀ ਸਟੋਰ ਤੋਂ, ਕੋਈ ਵੀ ਗੁੱਡ ਸਟੋਰ ਆ ਤੁਹਾਡੇ ਸ਼ਹਿਰ 'ਚੋਂ, ਉਹ ਲੈ ਸਕਦੇ ਹੋ। ਉਹਦੇ ਪੋਜ਼ਿਟਿਵ ਇਹ ਨੇ ਵੀ ਉਹ ਤੁਹਾਡੇ ਗੱਟ ਨੂੰ ਸਟਰੋਂਗ ਕਰਦਾ, ਪੰਜਾਬੀ 'ਚ ਦਹੀਂ ਦੇ ਬੈਕਟੀਰੀਆ ਇਕੱਠੇ ਕਰਕੇ ਪਾਏ ਹੋਏ ਆ, ਇਹ ਹਰ ਗਲੀ ਨੁੱਕਰ ਦੇ ਸ਼ਾਪ ਚੋਂ, ਕਨਵੈਕਸ਼ਰੀ ਸ਼ਾਪ ਚੋਂ, ਮਤਲਬ ਆਮ ਕਰਿਆਨੇ ਦੀ ਸ਼ਾਪ ਤੋਂ ਵੀ ਮਿਲ ਜੂ। ਉਹਦੀ ਬਜਾਏ ਆਪਾਂ ਦਹੀਂ ਨਹੀਂ ਜ਼ਿਆਦਾ, ਮੈਂ ਉਸੇ ਵਿਸ਼ੇ ਤੇ ਆ ਰਿਹਾ ਸੀ, ਉਹਦੇ ਕੁਝ ਪੋਜ਼ਿਟਿਵ ਨੇ, ਕੁਝ ਨੈਗੇਟਿਵ ਨੇ, ਨੋ ਡਾਊਟ ਜ਼ਿਆਦਾਤਰ ਪੋਜ਼ਿਟਿਵ ਨੇ, ਪਰ ਇਹਦੀ ਬਜਾਏ ਜੇ ਤੁਸੀਂ ਘਰੇਲੂ ਨੁਸਖਾ ਯੂਜ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੌਂਫ, ਘਰੇਲੂ ਦਾ ਰਾਮਬਾਣ,
ਤੁਸੀਂ ਦੇਖਿਆ ਹੋਣਾ ਢਾਬਿਆਂ ਤੇ ਘਰਾਂ ਚ ਆਪਾਂ ਖਾਣਾ ਖਾਣ ਤੋਂ ਬਾਅਦ ਸੌਂਫ ਖਾਂਦੇ ਹਾਂ, ਉਹ ਪ੍ਰੋਬਾਇਓਟਿਕ ਆ, ਚੀਜ਼ਾਂ ਨੂੰ ਡਾਇਜੈਸਟ ਵਧੀਆ ਕਰਾਉਂਦਾ। ਦਹੀਂ ਬਹੁਤ ਵਧੀਆ, ਯੋਗਟ ਉਦੋਂ ਗਾਂਢੀ ਸਟੇਜ ਆ, ਆਉਣ ਵਾਲੀ ਵੀਡੀਓ ਚ ਮੈਂ ਦੱਸੂਗਾ ਯੋਗਟ ਕਿਵੇਂ ਬਣਾਉਣਾ। ਹਾਂ ਇਹ ਦੇਖੋ, ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ, ਪਿੰਡਾਂ ਚ ਪਹਿਲਾਂ ਆਮ ਹੀ ਬਣਾਉਂਦੇ ਹੁੰਦੇ ਸੀ ਆਪਣੇ ਮੰਮੀ ਹੋਣੀ, ਦਹੀਂ ਨੂੰ ਉਹਨਾਂ ਨੇ ਮਤਲਬ ਪਾਣੀ ਇੱਕ ਕੱਪੜੇ ਚ ਪਾ ਕੇ ਟੰਗ ਦੇਣਾ ਤੇ ਉਹਦਾ ਬਿਲਕੁਲ ਪਾਣੀ ਨਿਕਲ ਜਾਂਦਾ ਸੀਗਾ, ਹਨਾ। ਤੇ ਫਿਰ ਦੁਪਹਿਰ ਦੇ ਟਾਈਮ ਜਿਵੇਂ ਆਪਾਂ ਉਹਦੇ ਚ ਕੱਦੂ ਜਾਂ ਗੰਡਾ ਜਾਂ ਹਰੀਆਂ ਮਿਰਚਾਂ ਚੌਪ ਕਰਕੇ ਲੋਕ ਆਮ ਖਾਂਦੇ ਸੀਗੇ, ਤੇ ਅਸੀਂ ਉਹ ਚੀਜ਼ਾਂ ਮੈਨੂੰ ਲੱਗਦੀਆਂ ਸਭ ਕਰਨੀਆਂ ਛੱਡਤੀਆਂ, ਹਨਾ। ਤਾਂ ਤਾਂ ਉਹ ਗੱਟ ਵੀਕ ਪਈ ਜਾਂਦਾ, ਇਹ ਸਾਰੇ ਸਿਸਟਮ ਨੂੰ ਗੱਟ ਕਹਿੰਦੇ ਆ। ਹਾਂਜੀ, ਇਹ ਹੈਗਾ ਓਵਰਆਲ ਬ੍ਰੇਨ ਗੱਟ ਐਕਸਿਸ, ਇਹਦੀ ਆਪਾਂ ਡਿਟੇਲ ਡਿਸਕਸ ਕਰਦੇ ਆ। ਪਰ ਗੁੜ ਤੇ ਸੌਂਫ ਯਾਕੁਲਟ ਵਾਲਾ ਕੰਮ ਤੁਹਾਡੇ ਘਰ ਚ ਕਰ ਦੂ। ਅੱਛਾ, ਤਾਂ ਜਿਹਨੂੰ ਉਹ ਪੁੱਗਦਾ ਉਹ ਲੈ ਲਓ, ਜਿਹਨੂੰ ਆਹ ਪੁੱਗਦਾ ਆਹ ਲੈ ਲਓ। ਪਰ ਜੇ ਮੈਨੂੰ ਦਿਲੋਂ ਪੁੱਛੋਗੇ, ਮੈਂ ਇਹ ਦੋਵਾਂ ਦੇ ਹੱਕ ਚ ਆ, ਗੁੜ ਤੇ ਸੌਂਫ, ਜੇ ਹਰ ਬੰਦਾ ਅਫੋਰਡ ਕਰ ਸਕਦਾ, ਹਰ ਇੱਕ ਦੇ ਘਰੇ ਆ, ਤੇ ਜ਼ਿਆਦਾ ਵਧੀਆ ਆਪਸ਼ਨ ਆ। ਹਾਂਜੀ, ਤੇ ਇਹਨਾਂ ਨੂੰ ਖਾਣ ਦਾ ਵੇਲਾ ਕੀ ਆ? ਹਰ ਵਾਰੀ ਫੂਡ ਤੋਂ ਬਾਅਦ, ਜਾਂ ਮੈਂ ਦੇਖਦੀ ਹੁੰਦੀ ਸੀ ਕਿ ਆਪਣੇ ਬਜ਼ੁਰਗਾਂ ਨੂੰ ਰਾਤ ਨੂੰ ਵੈਸੇ ਇੱਕ ਚਮਚ ਸੌਂਫ ਖਾ ਕੇ ਸੌਣ ਦੀ ਆਦਤ ਸੀਗੀ, ਉਤੋਂ ਦੀ ਕੋਸਾ ਪਾਣੀ ਜਾਂ ਨੋਰਮਲ ਪਾਣੀ ਪੀ ਲੈਂਦੇ ਸੀਗੇ, ਕਿ ਇਹ ਹੁੰਦਾ ਕਿ ਆਪਾਂ ਹਰ ਵਾਰ ਜਦੋਂ ਵੀ ਖਾਣਾ ਖਾ ਰਹੇ ਹਾਂ ਉਸ ਤੋਂ ਬਾਅਦ ਵੀ ਖਾ ਸਕਦੇ। ਮੈਮ ਬੁੱਕ ਉਹੀ ਆ, ਕਵਰ ਨਵਾਂ ਚੜ ਗਿਆ ਬਸ, ਪੰਜਾਬੀ 'ਚ ਚੀਜ਼ਾਂ ਉਹੀ ਆ। ਅੱਜ ਅਸੀਂ ਉਹਨੂੰ ਕੈਮਾਮਾਈਲ ਟੀ ਦਾ ਨਾਮ ਦੇਣ ਲੱਗ ਗਏ। ਮੈਨੂੰ ਪੇਸ਼ੈਂਟ ਪੁੱਛਦੇ ਆ, ਸਰ ਕੈਮਾਮਾਈਲ ਟੀ ਕਿੰਨੇ ਤਰ੍ਹਾਂ ਦੀ ਆਉਂਦੀ ਆ? ਅਸੀਂ ਆਰਡਰ ਕਰਦੇ, ਅਸੀਂ ਆਰਡਰ ਕਰ ਦਿੰਦੇ ਆ, ਉਹ ਹੈ ਸੌਂਫ ਹੀ। ਸੌਂਫ ਦਾ ਪਾਣੀ ਉਬਾਲ ਕੇ ਪੀ ਲਓ, ਤੁਹਾਡੀ ਡਾਇਜੈਸ਼ਨ ਬਹੁਤ ਵਧੀਆ ਹੋਊਗੀ। ਖਾਣਾ ਖਾਣ ਤੋਂ 40 ਮਿੰਟਾਂ ਬਾਅਦ ਗੁੜ ਲਓ, ਕਈਆਂ ਦੇ ਤਾਂ ਨਾਲ ਦੀ ਨਾਲ ਹੀ ਪਚ ਜਾਂਦਾ, ਤਾਂ ਇਹਨੂੰ ਹੁਣ ਓਵਰ ਵਰਿਡ ਨਾ ਹੋਇਓ ਵੀ ਖਾਣਾ ਖਾਧਾ ਤੇ 40 ਮਿੰਟ ਬਾਅਦ ਹੀ ਖਾਣਾ, ਉਹ ਸਾਡਾ ਨਾਲ ਦੀ ਨਾਲ ਪਚ ਜੇ। ਤਾਂ ਸਭ ਤੋਂ ਪਹਿਲਾਂ ਵੀ ਫੱਕਰ ਸੁਭਾਅ ਲੈ ਕੇ ਆਓ, ਫਿਰ ਮੈਟਰ ਨਹੀਂ ਕਰਦਾ ਗੁੜ 40 ਮਿੰਟ ਬਾਅਦ ਖਾਦਾ ਜਾਂ ਨਾਲ ਖਾਦਾ। ਹਾਂਜੀ, ਮੈਨੂੰ ਲੱਗਦਾ ਕਿ ਬਹੁਤ ਕਲੈਰਿਟੀ ਹੋ ਗਈ ਹੋਣੀ ਆ ਲੋਕਾਂ ਨੂੰ, ਹਨਾ। ਤੇ ਜ਼ਰੂਰ ਉਹਨਾਂ ਨੂੰ ਜੇ ਜਿਵੇਂ ਤੁਸੀਂ ਕਿਹਾ ਵੀ ਇੰਨੇ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਆ, ਤਾਂ ਮੈਨੂੰ ਲੱਗਦਾ ਜ਼ਰੂਰ ਹੈਲਪ ਲੈਣੀ ਚਾਹੀਦੀ ਹੈ ਸਾਈਕੋਲੋਜਿਸਟ ਦੀ ਵੀ ਤੇ ਡਾਇਟੀਸ਼ੀਅਨ। ਤੇ ਮੈਂ ਤੁਹਾਡੇ ਮਨ ਚ ਤੋਂ ਮੈਂ ਇਹ ਦੱਸਣਾ ਚਾਹੂੰਗਾ, ਜਿੰਨਾ ਦੁਨੀਆ ਚ ਮੋਟਾਪਾ, ਜਿੰਨਾ ਸ਼ੂਗਰ ਆ, ਜਿੰਨਾ ਕਿਤੇ ਨਾ ਕਿਤੇ ਹਾਈਪਰਟੈਂਸ਼ਨ ਆ, ਤਿੰਨਾਂ ਨੂੰ ਜੋੜ ਕੇ ਜੇ ਉਹਦਾ ਟੋਟਲ ਸਮ ਕੱਢਿਆ ਜਾਵੇ, ਉਦੋਂ ਜ਼ਿਆਦਾ IBS ਦੇ ਪੇਸ਼ੈਂਟ ਆ। ਹੁਣ ਤੁਸੀਂ ਡਰਾ ਰਹੇ ਹੋ। ਹਾਂ, ਤਾਂ ਡਰਾਉਣ ਦੀ ਬਜਾਏ ਮੈਂ ਕਹਿ ਰਿਹਾ ਵੀ ਇੰਨਾ ਕੀ ਪਹਿਲੂ ਫੜਨ ਦੀ ਲੋੜ ਆ, ਉਹ ਸ਼ਾਇਦ ਤੁਸੀਂ ਆਪ ਵੀ ਠੀਕ ਹੋ ਜਾਓ। ਪਰ ਜੇ ਆਪ ਨਹੀਂ ਠੀਕ ਹੋ ਪਾ ਰਹੇ, ਤਾਂ ਮੈਂ ਨਹੀਂ ਕਹਿੰਦਾ ਮੈਨੂੰ ਦਿਖਾਓ, ਕਿਸੇ ਵੀ ਡਾਇਟੀਸ਼ੀਅਨ ਤੋਂ, ਕੁਆਲੀਫਾਈਡ ਡਾਇਟੀਸ਼ੀਅਨ ਤੋਂ ਆਪਦੇ ਆਪ ਨੂੰ IBS ਦੀ ਕਾਉਂਸਲਿੰਗ ਕਰਵਾਓ, ਫੂਡ ਦੇ ਨਾਲ ਰਿਲੇਟਡ। ਤੇ ਮਨੋਵਿਗਿਆਨਿਕ ਨੂੰ ਇਹ ਦੱਸੋ ਵੀ ਮੈਂ IBS ਕਾਉਂਸਲਿੰਗ ਲੈਣੀ ਆ, ਤਾਂ ਮਨੋਵਿਗਿਆਨਿਕ ਨੂੰ ਦਿਖਾਉਣ ਤੋਂ ਡਰੋ ਨਾ। ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਦੋਨੋਂ ਇਕੱਠੀਆਂ ਉਨੀਆਂ ਹੀ ਜ਼ਰੂਰੀ ਆ। ਤੇ ਮੈਂ ਤੁਹਾਡੇ ਮੀਡੀਆ ਦਾ ਇਸ ਮਾਧਿਅਮ ਰਾਹੀਂ ਧੰਨਵਾਦ ਕਰਨਾ ਸ਼ੁਰੂ ਕਰੂੰਗਾ, ਤੇ ਕਹਿਣਾ ਚਾਹਣਾ ਵੀ ਆ ਤੇ ਕਰਨਾ ਚਾਹਣਾ ਵੀ ਆ ਵੀ ਤੁਸੀਂ ਉਹ ਮੁੱਢ ਬੰਨਿਆ ਵੀ ਮੈਂਟਲ ਹੈਲਥ ਦੀ ਗੱਲ ਤਾਂ ਹੋਣੀ ਸ਼ੁਰੂ ਹੋਈ, ਅਦਰਵਾਈਜ਼ ਤਾਂ ਕੋਈ ਇਹਤੇ ਗੱਲ ਕਰਨ ਨੂੰ ਹੀ ਤਿਆਰ ਨਹੀਂ ਸੀ। ਸਹੀ ਗੱਲ। ਹਾਂਜੀ, ਤੇ ਉਮੀਦ ਹੈ ਕਿ ਲੋਕਾਂ ਨੂੰ ਮਤਲਬ ਚੰਗਾ ਲੱਗਿਆ ਹੋਏਗਾ ਸੁਣ ਕੇ, ਤੇ ਆਪਾਂ ਹੋਰ ਵੀ ਇਦਾਂ ਦੇ ਵਿਸ਼ੇ ਲੈ ਕੇ ਆਵਾਂਗੇ ਕਿ ਜਿੰਨਾਂ ਲਈ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਸੁਣਦੇ ਜ਼ਰੂਰ ਹਾਂ ਪਰ ਗੱਲ ਨਹੀਂ ਕਰਦੇ, ਹਨਾ। ਬਿਲਕੁਲ ਮੈਮ, ਤੇ ਤੁਸੀਂ ਗੱਲ ਸੁਣੀ ਉਹਨਾਂ ਦੀ ਪੂਰੀ, ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਜੇ ਕੋਈ ਵੀ ਸਲਾਹ ਤੁਹਾਨੂੰ ਇਹਨਾਂ ਤੋਂ ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਨੰਬਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਤੇ ਦੂਜੀ ਚੀਜ਼ ਜੇ ਤੁਸੀਂ ਆਪਣੇ ਅੰਦਰ ਇਦਾਂ ਦੇ ਕੋਈ ਵੀ ਲੱਛਣ ਨੇ ਜਿਹੜੇ ਉਹ ਨੋਟ ਕਰ ਰਹੇ ਹੋ, ਇਹਨਾਂ ਨੇ ਜਿਵੇਂ ਬੜੀਆਂ ਸੋਹਣੀਆਂ ਗੱਲਾਂ ਕਹੀਆਂ ਕਿ ਸਾਈਕੋਲੋਜੀ ਨਾਲ ਜੁੜਿਆ ਹੋਇਆ ਵਿਸ਼ਾ, ਸਭ ਤੋਂ ਪਹਿਲਾਂ ਤੁਸੀਂ ਕਿਸੇ ਸਾਈਕੋਲੋਜਿਸਟ ਨੂੰ ਮਿਲੋ, ਉਹ ਆਪਣੇ ਆਪ ਤੁਹਾਡੀ ਖੁਰਾਕ ਆ ਜਿਹੜੀ ਉਹਦੇ ਬਦਲਾਅ ਲਈ ਤੁਹਾਨੂੰ ਡਾਇਟੀਸ਼ੀਅਨ ਨਾਲ ਮਿਲਾਉਣਗੇ। ਹਾਂ, ਜੇ ਪ੍ਰੋਬਲਮ ਉਸ ਤੋਂ ਜ਼ਿਆਦਾ ਵੱਧ ਚੁੱਕੀ ਆ, ਜਿਵੇਂ ਇਹਨਾਂ ਨੇ ਕਿਹਾ ਬਲੱਡ ਆ ਰਿਹਾ, ਪਸ ਆ ਰਿਹਾ ਤੁਹਾਡੇ ਸਕੂਲ 'ਚ, ਫਿਰ ਤੁਸੀਂ ਜ਼ਰੂਰ ਪੇਟ ਦੇ ਡਾਕਟਰ ਨੂੰ ਵੀ ਮਿਲੋ। ਤੇ ਤੰਦਰੁਸਤੀ ਤੇ ਚੜ੍ਹਦੀ ਕਲਾ ਵਾਲੀ ਜੇ ਜ਼ਿੰਦਗੀ ਤੁਸੀਂ ਜਿਉਣਾ ਚਾਹੁੰਦੇ ਹੋ ਤਾਂ ਉਹਦਾ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਤੁਸੀਂ ਚੰਗਾ ਖਾਓ, ਚੰਗਾ ਸੋਚੋ ਤੇ ਚੰਗੇ ਲੋਕਾਂ ਨੂੰ ਮਿਲਦੇ ਰਹੋ, ਹਨਾ। ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਰੀਰ ਦੇ ਵਿੱਚ ਵੀ ਚੰਗੀਆਂ ਹੁੰਦੀਆਂ ਨੇ, ਜ਼ਰੂਰੀ ਨਹੀਂ ਕਿ ਇਕੱਲੀਆਂ ਦਿਮਾਗ ਦੇ ਵਿੱਚ ਹੀ ਚੰਗੀਆਂ ਵਾਪਰਦੀਆਂ ਨੇ। ਤੇ ਬਾਕੀ ਇੱਕ ਚੀਜ਼ ਜਿਹੜੀ ਇਹਨਾਂ ਨੇ ਇੰਟਰਵਿਊ ਦੇ ਦੌਰਾਨ ਕਹੀ ਸੀ ਕਿ ਕਈ ਵਾਰੀ ਬੰਦਾ ਨਾ ਬਾਹਰ ਨਿਕਲਣ ਤੋਂ, ਆਪਣੇ ਦੋਸਤਾਂ ਨੂੰ ਮਿਲਣ ਤੋਂ, ਘੁੰਮਣ ਫਿਰਨ ਤੋਂ ਵੀ ਡਰਨ ਲੱਗ ਜਾਂਦਾ। ਉਹਦਾ ਵੀ ਇੱਕ ਰੀਜ਼ਨ ਹੁੰਦਾ ਕਿ ਸਾਡੀ ਸੋਸਾਇਟੀ ਬਹੁਤ ਜਜਮੈਂਟਲ ਹੋ ਜਾਂਦੀ ਹੈ ਇਦਾਂ ਦੇ ਲੋਕਾਂ ਲਈ। ਤੇ ਕਿਸੇ ਨੂੰ ਵੀ ਕੋਈ ਸਰੀਰਕ ਜਾਂ ਮਾਨਸਿਕ ਸਮੱਸਿਆ, ਜੇ ਅਸੀਂ ਵਾਕਈ ਮਤਲਬ ਉਹਨੂੰ ਜੱਜ ਨਹੀਂ ਕਰਨਾ ਹੁੰਦਾ ਕਦੇ ਵੀ, ਉਹਨੂੰ ਅਸੀਂ ਉਹਦੇ ਨਾਲ ਅਸੀਂ ਕੋਆਪਰੇਟ ਕਰਨਾ ਹੁੰਦਾ, ਉਹ ਅਸੀਂ ਭੁੱਲ ਜਾਂਦੇ ਹਾਂ। ਸਾਡਾ ਕੋਆਪਰੇਸ਼ਨ ਹੁੰਦਾ ਨਾ ਜਿਹੜਾ, ਉਹ ਉਸ ਬੰਦੇ ਲਈ ਸਭ ਤੋਂ ਪਹਿਲੀ ਦਵਾਈ ਹੁੰਦੀ ਆ। ਤੇ ਜੇ ਫਿਰ ਵੀ ਤੁਹਾਨੂੰ ਕੋਈ ਸਲਾਹ ਚਾਹੀਦੀ ਆ ਤਾਂ ਇਹਨਾਂ ਨੂੰ ਕਾਲ ਕਰਿਓ, ਇਹਨਾਂ ਦੇ ਵਾਈਫ ਬਹੁਤ ਚੰਗੇ ਸਾਈਕੋਲੋਜਿਸਟ ਨੇ, ਉਹ ਵੀ ਤੁਹਾਡੀ ਹੈਲਪ ਕਰਨਗੇ। ਤੇ ਉਮੀਦ ਆ ਤੁਹਾਨੂੰ ਇਹ ਮੁਲਾਕਾਤ ਪਸੰਦ ਆਈ ਹੋਊਗੀ। ਸਤਿ ਸ਼੍ਰੀ ਅਕਾਲ।